ਕੁੜੇ ਬਹੂ ਮੈਂ ਨਾ ਗੁਰਦੁਆਰੇ ਜਾ ਕੇ ਆਉਣੀ ਹੈ ਤੂੰ ਰੁਪਿੰਦਰ ਨੂੰ ਰੋਟੀ ਦੇ ਦੀ ਨਹੀਂ ਬਿਨਾ ਖਾਦੇ ਵਗ ਜਾਂਦਾ ਉਹ ਬੇਬੇ ਜੀ ਰੁਪਿੰਦਰ ਮੇਰਾ ਵੀ ਪੁੱਤਾਂ ਵਰਗਾ ਹੀ ਹੈ ਤੁਸੀਂ ਗੁਰਦੁਆਰਾ ਸਾਹਿਬ ਹੋ ਕੇ ਆਓ ਰੋਟੀ ਮੈਂ ਆਪੇ ਦੇ ਦੂੰ ਉਹਨੂੰ ਚੰਗਾ ਪੁੱਤ ਚੰਗਾ ਮੰਮੀ ਆਉਣੀ ਹੈ ਪੁੱਤ ਖੜ ਜਾ ਤੂੰ ਮੈਂ ਦੱਸਦੀ ਹਾਂ ਤੈਨੂੰ ਲੈ ਭਾਬੀ ਦੇਖ ਲੈ ਅੱਜ ਫਿਰ ਡਰਾਮਾ ਸ਼ੁਰੂ ਕਰਤਾ ਇਹਨੇ ਹੁਣ ਕਹਿੰਦਾ ਮੈਂ ਨਹੀਂ ਨਹਾਉਣਾ ਮਰਦ ਆਪਸ ਚ ਗੱਲ ਕਰਦੇ ਹੁਣ ਤਾਂ ਵਿੱਚ ਨਹੀਂ ਬੋਲਦੇ ਖੜ ਜਾ ਕੇਰਾ ਤੈਨੂੰ ਤਾਂ ਮੈਂ ਬਣਾਉਣੀ ਆ ਮਰਦ ਓ ਇੱਕ ਮਿੰਟ ਹਾਂ ਜੀ ਮਰਦ ਜੀ ਤੁਸੀਂ ਦੱਸੋ ਕੀ ਚਾਹੁੰਦੇ ਹੋ ਚਾਚੂ ਆ ਮੰਮੀ ਤੇ ਨਾਲ ਆ ਭੂਆ ਜੀ ਤੁਹਾਡੇ ਸ਼ੇਰ ਨੂੰ ਨਵਾਉਣ ਲੱਗੇ ਨੇ ਬਾਹਰ ਨਲਕੇ ਤੇ ਓਏ ਹੋਏ ਤੇ ਉਹ ਵੀ ਨੰਗਾ ਓ ਤੇਰੀ ਹੁਣ ਤੁਸੀਂ ਦੱਸੋ ਚਾਚੂ ਜੇ ਰੁਪਿੰਦਰ ਸਿੰਘ ਗਾਂਧੀ ਦਾ ਭਤੀਜਾ ਨੰਗਾ ਨਾ ਹੋ ਤਾਂ ਮੇਰੇ ਗਾਂਧੀ ਚਾਚੂ ਦੀ ਪਿੰਡ ਵਿੱਚ ਕੀ ਇੱਜ਼ਤ ਰਹਿ ਜੂ ਜਮਾ ਇੱਜ਼ਤ ਨਹੀਂ ਰਹਿਣੀ ਹਾਂ ਭਾਬੀ ਦੇਖੋ ਵੀ ਗੱਲ ਤਾਂ ਇਹਦੀ ਜਮਾ ਠੀਕ ਆ ਹੁਣ ਤੂੰ ਦੱਸ ਤੂੰ ਕੀ ਚਾਹਣਾ ਥਾਪੀਆਂ ਚਾਹੁੰਦਾ ਹੋਰ ਇਹਨੇ ਕੀ ਚਾਹਣਾ ਲਿਆ ਮੈਂ ਦਿੰਨੀ ਆ ਇਹਨੂੰ ਮੰਮੀ ਤੁਹਾਨੂੰ ਕੀ ਅਲੱਗ ਤੋਂ ਸਮਝਾਉਣਾ ਪਊ ਜਦੋਂ ਦੋ ਮਰਦ ਆਪਸ ਚ ਗੱਲ ਕਰਦੇ ਹੁਣ ਤਾਂ ਵਿੱਚ ਨਹੀਂ ਬੋਲੀਦਾ ਹਾਂ ਮੈਂ ਕਹਿ ਰਿਹਾ ਸੀ ਚਾਚੂ ਹੁਣ ਤੁਹਾਡਾ ਸ਼ੇਰ ਵੱਡਾ ਹੋ ਗਿਆ ਹੁਣ ਮੈਂ ਗੁਸਲਖਾਨੇ ਚ ਨਹਾਉਂ ਤੇ ਉਹ ਵੀ ਇਕੱਲਾ ਇਹ ਮੇਰਾ ਸ਼ੇਰ ਪੁੱਤ ਹੈ ਇਹ ਡਰਦਾ ਕਿਸੇ ਤੋਂ ਇਹਦਾ ਗੁਸਲਖਾਨੇ ਚ ਨਹਾਊ ਉਹ ਵੀ ਅੰਦਰੋਂ ਕੁੰਡੀ ਲਾ ਕੇ ਭਾਵੇਂ ਅੰਦਰ ਹਨੇਰਾ ਕਿਉਂ ਨਾ ਹੋਵੇ ਭਾਵੇਂ ਕਿਰਲੀਆਂ ਕਿਉਂ ਨਾ ਹੋਣ ਚਾਹੇ ਭਾਬੀ ਅੰਦਰ ਕਾਲਾ ਸੱਪ ਹੋਵੇ ਇਹ ਨਹੀਂ ਡਰਦਾ ਕਿਸੇ ਤੋਂ ਕਿਉਂ ਫਿਰ ਤਾਂ ਬਾਹਰ ਹੀ ਨਾ ਲੈਣਾ ਚਾਚੂ ਪੱਕੀ ਗੱਲ ਓਏ 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 ਹੁਣ ਤੂੰ ਵੱਡਾ ਹੋ ਗਿਆ ਕੱਛਾ ਪਾ ਕੇ ਨਾ ਆਇਆ ਕਰ ਠੀਕ ਹੈ ਚੱਲ ਉਹ ਭਾਬੀ ਤੂੰ ਨਾ ਬੈਠ ਰੋਟੀ ਪਾ ਦੇ ਫਟਾਫਟ ਜਾਣਾ ਮੈਂ ਕਿੱਥੇ ਜਾਣਾ ਤੂੰ ਭਾਬੀ ਆ ਜਾਓ ਠੇਕੇਦਾਰ ਨਾਲ ਕਿਸੇ ਦੀ ਪੇਸ਼ੀ ਆ ਨਾ ਉੱਥੇ ਜਾਣਾ ਵੇ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ ਤੂੰ ਭਾਬੀ ਸ਼ਰੀਫ ਬੰਦੇ ਦਰਾਂ ਮੂਹਰੇ ਨਾ ਜਣਾ ਖਣਾ ਖੰਘੂਰਾ ਮਾਰ ਕੇ ਨੰਗਦਾ ਜਿਹਦਾ ਪਤਾ ਹੁੰਦਾ ਨਾ ਵੀ ਡੰਗ ਮੋਰਾਂ 'ਤੇ ਮਾਰੂ ਲੋਕ ਲੰਘਣ ਲੱਗੇ ਪੈਰਾਂ ਦਾ ਖੜਾਕ ਵੀ ਨਹੀਂ ਹੋਣ ਦਿੰਦੇ ਨਾਲੇ ਆਪਣਾ ਤਾਂ ਇੱਕ ਅਸੂਲ ਹੈ ਨਾ ਜੁਰਮ ਕਰਨਾ ਨਾ ਸਹਿਣਾ ਕਿਉਂ ਸਰਦਾਰ ਸਾਹਿਬ ਹੋ ਗਈ ਇੱਜ਼ਤ ਲੀਰੋ ਲੀਰ ਚਾਚੂ ਪਰ ਗਾਹਾਂ ਗੱਲ ਨਾ ਕਰੀ ਕੁੜੇ ਪ੍ਰੀਤ ਤੂੰ ਰੁਪਿੰਦਰ ਨੂੰ ਰੋਟੀ ਪਾ ਕੇ ਲਿਆ ਦੇ ਲਿਆਏ ਦੇ ਕੱਪੜੇ ਤਾਂ ਮੈਂ ਪਾਉਂਦੀ ਹਾਂ ਲਿਆਉਂਦੀ ਹਾਂ ਭਾਬੀ ਹਾਂ ਵੀ ਪੁੱਤਰਾ ਭਾਬੀ ਆ ਕਿਹੋ ਜਿਹੇ ਫਿੱਕੇ ਜਿਹੇ ਰੰਗਾਂ ਵਾਲੇ ਸੂਟ ਪਾਈ ਰੱਖਦੀ ਆ ਤੂੰ ਉਹ ਤੂੰ 40 ਕਿੱਲੇ ਵਾਲੇ ਸਰਦਾਰਾਂ ਦੀ ਨੂੰਹ ਹੈ ਚੱਜ ਦੇ ਰੰਗਦਾਰ ਸੂਟ ਪਾ ਕੇ ਰੱਖਿਆ ਕਰ ਰੁਪਿੰਦਰ ਮੈਂ ਇੱਕ ਵਿਧਵਾ ਔਰਤ ਹਾਂ ਤੇ ਵਿਧਵਾ ਔਰਤ ਦੀ ਜ਼ਿੰਦਗੀ 'ਚ ਕਿਹੜੇ ਰੰਗ ਲੈ ਦੱਸ ਭਾਬੀ ਕਿਹੋ ਜਿਹੀਆਂ ਗੱਲਾਂ ਕਰਦੀਆਂ ਉਹ ਜਿਹਦੇ ਸ਼ੇਰਾਂ ਵਰਗੇ ਦੋ ਪੁੱਤ ਹੋਣ ਉਹਦੀ ਜ਼ਿੰਦਗੀ ਕਿਵੇਂ ਬਦਰੰਗ ਹੋ ਸਕਦੀ ਹੈ ਪਰ ਚਾਚੂ ਮੈਂ ਤਾਂ ਇਕੱਲਾ ਪੁੱਤ ਆਪਣੀ ਮਾਂ ਦਾ ਓਏ ਮੈਂ ਵੀ ਤਾਂ ਭਾਬੀ ਦੇ ਪੁੱਤਾਂ ਵਰਗਾ ਹੀ ਹਾਂ ਲੈ ਵੀਰੇ ਰੋਟੀ ਲਿਆ ਭੈਣੇ ਜਕਾਰਾ ਸਿੱਧ ਬਾਬੇ ਦਾ ਲਿਆਓ ਬੱਚਾ ਪਾਓ ਖੈਰ ਸੰਤਾਂ ਨੂੰ 8 ਰੁਪਇਆ ਤੇਲੀ ਕਰੋ ਦਾਨ ਕਰਮਾ ਵਾਲਿਓ ਉਹ ਬਾਬਾ ਰੁਪਈਏ ਤੇਲੀ ਦੇ ਮਾਮਲੇ 'ਚ ਤਾਂ ਮੈਂ ਵੀ ਤੇਰੇ ਵਰਗਾ ਫਕੀਰ ਹੀ ਹਾਂ ਜੇ ਰੋਟੀ ਖਾਣੀ ਤਾਂ ਦੱਸ ਲਿਆ ਛਕ ਲੈਨੇ ਆ ਲਿਆ ਭਗਤਾ ਆ ਜਾ ਉੱਤੇ ਬੈਠ ਕੋਈ ਗੱਲ ਨਹੀਂ ਇੱਥੇ ਬੜੀ ਮਿਹਰਬਾਨੀ ਭਗਤਾ ਲਿਆ ਵੀ ਖਾ ਲੈਨੇ ਆ ਰੋਟੀ ਉਹ ਫੜ ਲਾ ਹੁਣ ਦੇਖੀ ਕੀ ਜਾਣਾ ਭੈਣੇ ਫਟਾਫਟ ਮੈਨੂੰ ਹੋਰ ਰੋਟੀ ਪਾ ਕੇ ਲਿਆ ਵੀਰੇ ਤੂੰ ਬੈਠ 5 ਮਿੰਟ ਮੈਂ ਬਣਾ ਦੇ ਭੈਣੇ 5-5 ਮਿੰਟ ਨਹੀਂ ਹੈਗੇ ਜੀਤਾ ਉਡੀਕਦਾ ਹੋਣਾ ਮੈਨੂੰ ਫਿਰ ਨਹੀਂ ਦੇ ਰੁਪਿੰਦਰਾ ਬਿਨਾ ਰੋਟੀ ਖਾਏ ਘਰੋਂ ਨਹੀਂ ਜਾਈਦਾ ਉਹ ਭਾਬੀ ਸਾਰਾ ਪਿੰਡ ਹੀ ਆਪਣਾ ਹੈ ਕਿਸੇ ਦੇ ਘਰੇ ਵੀ ਖਾ ਲਾਂਗੇ ਕੋਈ ਚੱਕਰ ਨਹੀਂ ਚੱਲਦਾ ਮੈਂ ਚੰਗਾ ਬਾਬਾ ਜੀ ਚੱਲ ਵੇ ਟੀਟਨਿਆ ਤੈਨੂੰ ਵੀ ਰੋਟੀ ਖਵਾ ਕੇ ਲਿਆਵਾਂ ਕੁੜੇ ਪ੍ਰੀਤ ਇਹਨੂੰ ਚੱਜ ਨਾਲ ਖਵਾ ਦੀ ਬੀਬੀ ਇਹ ਮੁੰਡਾ ਬਾਬਾ ਦਿਓਰ ਲੱਗਦਾ ਮੇਰਾ ਪਰ ਪਤਾ ਨਹੀਂ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ ਮੈਂ ਦੇਖ ਲਈ ਆਪਣੀ ਮਾਸੀ ਦੀ ਕੁੜੀ ਕਰ ਦੇਣਾ ਵਿਆਹ ਮੈਂ ਵੀ ਅਗਲੇ ਸਾਲ ਨੂੰ ਨਾ ਨਾ ਬੀਬੀ ਇਹਦਾ ਵਿਆਹ ਨਾ ਕਰੀ ਇਹੋ ਜਿਹੀਆਂ ਨੇਕ ਰੂਹਾਂ ਦੁਨੀਆ ਤੇ ਲੋਕਾਂ ਦੇ ਭਲੇ ਲਈ ਆਉਂਦੀਆਂ ਨੇ ਤੇ ਫਿਰ ਚਲੀਆਂ ਜਾਂਦੀਆਂ ਨੇ ਬੀਬੀ ਨਾ ਕੀ ਮਤਲਬ ਆ ਤੇਰਾ ਬਾਬਾ ਬੀਬੀ ਮੈਂ ਇਹਦਾ ਮੱਥਾ ਪੜ ਲਿਆ ਮੁੰਡੇ ਦਾ ਇਹੋ ਜਿਹੇ ਨੇਕ ਬੰਦੇ ਦੁਨੀਆ ਤੇ ਲੋਕਾਂ ਦੇ ਭਲੇ ਲਈ ਆਉਂਦੇ ਨੇ ਤੇ ਬਹੁਤੀ ਦੇਰ ਨਹੀਂ ਜਾਂਦੇ ਰਹਿੰਦੇ ਤੇ ਫੁਰ ਹੋ ਜਾਂਦੇ ਨੇ ਦੁਨੀਆ ਤੋਂ ਬੀਬੀ ਖੜ ਜਾ ਕੇ ਰਹਿ ਤੂੰ ਤੈਨੂੰ ਤਾਂ ਮੈਂ ਦੱਸਦੀ ਹਾਂ ਪਤਾ ਖੜ ਜਾ ਕੇਰਾ ਬੂ ਬਣਿਆ ਜਾ ਬਣਿਆ ਫਿਰਦਾ ਵੱਡਾ ਸਾਧ ਮਰ ਜਾਣਾ ਨਾ ਹੋਵੇ ਤਾਂ ਕਿਉਂ ਬਾਬਾ ਪੈ ਗਏ ਟੰਬੇ
ਉਹ ਬਾਲਾ ਸੱਚ ਬੋਲਣ ਦੇ ਟੰਬੀ ਪੈਂਦੇ ਹੁੰਦੇ ਨੇ। ਉਹ ਭਗਤਾ ਮਾਈ ਤਾਂ ਭੈਰੋ ਦੀ ਮਾਂ ਨਿਕਲੀ, ਮੇਰੀ ਤਾਂ ਰੋਟੀ ਵੀ ਵਿਚਾਲੇ ਛਡਾਤੀ। ਚੱਲ ਆ ਰੋਟੀ ਮੈਂ ਖਵਾ ਕੇ ਲਿਆਉਣਾ ਤੈਨੂੰ, ਇਕੱਠੇ ਖਾਣੇ। ਉਹ ਬਸ ਤਾਂ ਸਹੀ ਬਾਬਾ ਯਾਰ, ਨਹੀਂ ਭਗਤਾ, ਉਹ ਬਸ ਭਗਤਾ ਮੇਰੀ ਤਸੱਲੀ ਹੋ ਗਈ, ਮੈਨੂੰ ਜਾਣ ਦੇ। ਉਹ ਬਾਬਾ ਉਹ ਹਾਂ ਤਾਂ ਸਹੀ। ਕਿਉਂ ਬਈ ਪੈਂਦੇ ਆ ਪਟਾਕੇ? ਬੁਲਟ ਦੇ ਪਟਾਕੇ ਪਾਉਣਾ ਤਾਂ ਫੁਕਰਿਆਂ ਦਾ ਕੰਮ ਹੈ, ਆਪਾਂ ਤਾਂ ਅਸਲੀ ਪਟਾਕੇ ਪਾਉਣੇ ਆ। ਬਈ ਪਹਿਲਾਂ ਮਾੜਾ ਜਿਹਾ ਹੈਰੀ ਦੀ ਵਰਕਸ਼ਾਪ 'ਤੇ ਚੱਲੇ ਆਈਏ, ਕੰਮ ਆ ਜ਼ਰੂਰੀ ਬਹੁਤ ਆ। ਜਾਣਦਾ ਮੈਂ ਤੇਰੇ ਕੰਮ ਨੂੰ, ਜੇ ਖਾਣੀ ਹੁੰਦੀ ਆ ਤਾਂ ਜੇਬ 'ਚ ਰੱਖਿਆ ਕਰੋ। ਚੱਲ ਹਾਂ, ਉਹ ਨਿਕਲਿਆ ਹੋਣੀ ਯਾਰ ਬਾਹਰ, ਤੇ ਸਮਾਨ ਤੋਰ ਸਾਨੂੰ। ਉਹ ਯਾਰ ਜੇਬ 'ਚੋਂ ਕੱਢ ਲਾ, ਤੈਨੂੰ ਦਿਖਦਾ ਨਹੀਂ ਮੈਂ ਕੰਮ ਕਰਦਾ। ਅੱਛਾ, ਉਹ ਕਿਤੇ ਜੇਬ ਨਾ ਪਾੜਦੀ ਪਤੰਦਰਾ। ਇਹ ਵੀ ਸਾਲਾ ਕਮਾਲ ਦਾ ਹੀ ਬੰਦਾ ਯਾਰ, ਇਹਦਾ ਬਾਪੂ ਨਾ ਮਾੜਾ ਜਿਹਾ ਵਰਕ ਸਾਹਿਬ ਕੋਈ ਇੱਧਰ ਉੱਧਰ ਹੋ ਜੇ, ਸਾਲਾ ਚੱਕ ਕੇ ਸਮਾਨ ਨਾ ਯੋਂਗੇ ਜੇ ਦੀ ਧਾਰ ਕੱਢਣ ਲੱਗ ਜੂ ਜਦੇ। ਗੱਲ ਸੁਣ, ਓਏ ਬੱਕੀ ਆ ਨਿਰਜੇ ਯਾਰ ਦੀ। ਅੱਛਾ, ਆ ਲੈ ਫੜ ਬਾਈ, ਚੱਕ ਲਾ। ਲਿਆ ਲੈ, ਓਏ ਤੂੰ ਵੀ ਖਾ ਲੈ। ਨਾ ਨਾ ਮੈਂ ਨਹੀਂ ਖਾਂਦਾ ਯਾਰ, ਆਪਾਂ ਨੂੰ ਤਾਂ ਡਰ ਲੱਗਦਾ, ਕੀ ਪਤਾ ਲੱਗ ਜਾਵੇ। ਸਹੀ ਆ ਬਿਲਕੁਲ ਸਹੀ ਆ ਤੂੰ, ਇਹ ਤਾਂ ਸਾਲੀ ਮਾੜੀ ਜਿਹੀ ਸੁੰਘ ਲਓ ਨਾ ਤਾਂ ਵੀ ਲੱਗ ਜਾਂਦੀ ਆ। ਲਿਆ ਆਪਣੇ ਵਾਲੀ ਵੀ, ਮੈਨੂੰ ਵੀ ਫੜਾ ਦੇ। ਲਿਆ ਤਾਂ ਜਮਾ ਫੀਮ ਆ ਓਏ। ਕਿਉਂ ਚੱਕ ਆ ਕੋਈ? ਤੇਰਾ ਕੀ ਪਤਾ ਮਿਸਤਰੀ ਦਾ, ਕਾਲਾ ਗਰੀਸ ਖਵਾ ਦੇ। ਹੱਸਣ ਵਾਲੀ ਗੱਲ ਨਹੀਂ ਬਾਈ, ਤੇਰਾ ਸਾਲਿਆਂ ਨੇ ਸੱਚੀ ਖਵਾਤੀ ਸੀ ਮੈਨੂੰ। ਪਤਾ ਕੀ ਹੋਇਆ, ਇਹਨੇ ਐਡੀ ਜਿਹੀ ਮੈਨੂੰ ਗੋਲੀ ਬਣਾ ਕੇ ਦੇਤੀ, ਆਪਾਂ ਵੀ ਚੱਕਿਆ ਪਾਣੀ ਦਾ ਗਲਾਸ, ਕੜਚ ਦੇਣੇ ਮਾਰੀ ਅੰਦਰ। ਫਿਰ ਤੈਨੂੰ ਕਿਵੇਂ ਪਤਾ ਲੱਗਿਆ ਓਏ? ਮੈਂ ਜਦ ਸਵੇਰੇ ਜੰਗਲ ਪਾਣੀ ਗਿਆ ਨਾ, ਸਾਲਾ ਦੋ ਧਾਰੀ ਵਾਲਾ ਮਾਲ ਬਾਹਰ ਨੂੰ ਆਵੇ। ਉਹ ਇਸੇ ਸਮਾਨ ਕਰਕੇ ਪਿੰਦਾ ਸ਼ਿਮਲੇ ਬੈਠਾ ਸਹੇਲੀ ਨਾਲ। ਸਹੀ ਆ, ਲੈ ਗਾਂਧੀ ਬਾਈ ਹੋਰੀ ਵੀ ਆ ਗਏ। ਕਿਵੇਂ ਆ ਹਰੀ? ਵਧੀਆ ਬਾਈ। ਬਾਈ ਬੈਠੋ, ਮੈਂ ਚਾਹ ਕਹਿ ਕੇ ਆਇਆ। ਛੇਤੀ ਕਹਿ ਕੇ ਆਈ, ਪੇਸ਼ੀ ਤੇ ਜਾਣਾ ਸੀ। ਕਿੱਦਾਂ ਬਾਈ? ਕਿਵੇਂ ਭੁੱਲੇ? ਆਜਾ ਬਾਈ ਆਜਾ। ਬਾਈ ਅੱਜ ਮੌਸਮ ਤੇ ਸਮਾਨ ਨਾ ਦੋਨੋਂ ਖਿੜੇ ਹੋਏ ਨੇ, ਪੇਸ਼ੀ ਕੈਂਸਲ ਨਹੀਂ ਹੋ ਸਕਦੀ। ਹੋ ਸਕਦੀ ਆ, ਕਿਉਂ ਨਹੀਂ ਹੋ ਸਕਦੀ? ਜੀਤੇ ਮਾਰ ਕੋਈ ਬਹਾਨਾ ਵਕੀਲ ਨੂੰ। ਉਹ ਫੋਨ ਡਾਇਰੈਕਟਰੀ, ਫੋਨ ਫੜਾ। ਹੈਲੋ। ਹੈਲੋ ਵਕੀਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੇਸ਼ੀ 'ਤੇ ਨਹੀਂ ਆ ਸਕਦੇ। ਕਿਉਂ, ਕੀ ਗੱਲ ਹੋ ਗਈ? ਉਹ ਸਾਡੇ ਨਾਲ ਦੇ ਬੰਦੇ ਭੋਲੇ ਦਾ ਰਾਤ ਹੋ ਗਿਆ ਐਕਸੀਡੈਂਟ, ਉਹਨੂੰ ਲੈ ਕੇ ਅਸੀਂ ਹਸਪਤਾਲ ਬੈਠੇ ਹਾਂ। ਤੁਸੀਂ ਐਂ ਨਾ ਕਰੋ, ਤੁਸੀਂ ਪੇਸ਼ੀ 'ਤੇ ਆਓ, ਤੈਨੂੰ ਕੀ ਪੁੱਛਣਾ ਸੀ? ਉਸੇ ਵਕੀਲ ਦੇ ਸਕੂਟਰ ਤੇ ਬਹਿ ਕੇ ਤਾਂ ਬਾਈ ਮੈਂ ਇੱਥੇ ਆਇਆ। ਉਹ ਸਾਲਿਆ ਪਹਿਲਾਂ ਨਹੀਂ ਬੋਲ ਸਕਦਾ ਸੀ, ਮੂੰਹ ਤੇ ਤਾਂ ਹੱਥ ਰੱਖਿਆ ਹੋਇਆ ਸੀ, ਹੋਰ ਬੋਲਦਾ ਮੈਂ ਆਪਣੀ। ਚਲੋ ਵੀ ਮੁੰਡਿਓ, ਪਰਚੀ ਕਟਾਓ। ਕਾਹਦੀ ਪਰਚੀ ਆ ਵੀਰੇ? ਆ ਕਿਹੜੇ ਮੌਸਮ ਦੀ ਛਬੀਲ ਲਾਈ ਆ ਤੁਸੀਂ? ਛਬੀਲ ਦੀ ਨਹੀਂ, ਟੂਰਨਾਮੈਂਟ ਦੀ ਪਰਚੀ ਆ। ਚੁੱਪ ਚਾਪ ਰੁਪਈਆ ਕੱਢੋ 100। ਜਿਹੜੇ ਤਰੀਕੇ ਨਾਲ ਤੂੰ ਮੰਗਦਾ ਨਾ, ਐਂ ਤਾਂ ਅਸੀਂ ਇੱਕ ਧੇਲਾ ਨਹੀਂ ਦਿੰਦੇ। ਹਾਂ ਵੀ ਤਾਰੀ, ਕੱਟੀ ਨਹੀਂ ਪਰਚੀ? ਬਾਈ ਆ ਮੁੰਡੇ ਪਰਚੀ ਨਹੀਂ ਕਟਾਉਂਦੇ, ਉੱਤੋਂ ਆਕੜਦੇ ਨੇ। ਉਹ ਆਕੜਦਾ ਮੈਂ ਜਾਂ ਤੂੰ? ਪਰਚੀ ਕਟਾਉਣਾ ਹੈ ਕਿ ਹਫ਼ਤਾ ਮੰਗਣ? ਕਾਕਾ ਅੜੀ ਨਹੀਂ ਕਰੀਦੀ, ਪਰਚੀ ਕਟਾ। ਤੂੰ ਅੜੀ ਸਮਝ, ਨਹੀਂ ਕਟਾਉਂਦੇ ਪਰਚੀ। ਉਹ ਬਾਈ ਜੀ ਖੜ ਜਾਓ, ਮੈਂ ਕਟਾਉਂਦਾ ਪਰਚੀ, ਇਹ ਮੇਰੇ ਕਾਲਜ ਦੇ ਦੋਸਤ ਨੇ, ਇਹ ਵਰਕਸ਼ਾਪ ਮੇਰੇ ਬਾਪੂ ਦੀ ਹੈ। ਅੱਛਾ, ਕਾਲਜੀਏਟ ਮੁੰਡੇ ਨੇ ਉਹ? ਚੱਲ ਛੱਡ ਇਹਨਾਂ ਦੀ ਪਰਚੀ। ਪਰ ਬਾਈ ਕੱਪੜੇ ਤੋਂ ਤਾਂ ਵਧੀਆ ਘਰਾਂ ਦੇ ਲੱਗਦੇ ਨੇ। ਓਏ ਕਾਲਜੀਏਟ ਚਾਹੇ ਟਾਟਾ ਬਿਰਲਾ ਦੀ ਲਾਦ ਕਿਉਂ ਨਾ ਹੋਣ, ਪਰ ਹੁੰਦੇ ਨੰਗੇ ਨੇ। ਚਲਾ ਚੱਲੀਏ। ਚਲੋ ਬਾਈ। ਉਹ ਗਾਂਧੀ ਬਾਈ ਹਰੇਕ ਨਾਲ ਪੰਗਾ ਲੈ ਕੇ ਬਹਿ ਜਾਣਾ, ਮੂਹਰੇ ਤਾਂ ਦੇਖ ਲਿਆ ਕਰ ਕੌਣ ਆ। ਕੌਣ ਸੀ ਇਹ? ਸੀ ਆਰ ਹੈ। ਅੱਛਾ, ਇਹ ਸੀ ਸੀ ਆਰ, ਪਿੰਡ ਕਿਹੜਾ ਇਹਦਾ? ਬਹੂ ਮਾਜਰਾ ਹੈ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਬਾਪੂ ਇਹ ਸੀ ਆਰ ਦੀ ਫੈਕਟਰੀ ਕਿਹੜੇ ਪਾਸੇ ਆ? ਇਧਰਲੇ ਪਾਸੇ। ਇਧਰਲੇ ਪਾਸੇ? ਹਾਂ। ਬੈਠੋ ਮੁੰਡਿਓ, ਬੈਠੋ ਬੈਠੋ। ਓਏ ਆ ਬਾਪੂ ਕਿਉਂ ਚੱਕਿਆ? ਸਿਰਫ ਹੱਥ ਪੈਰ ਹੀ ਤੋੜਨੇ ਨੇ, ਜਾਨੋ ਨਹੀਂ ਮਾਰਨਾ। ਚਲੋ ਚਲੋ ਓਏ।
हाँ भी काका, दस किवें आया? टूरनामेंट वाली पर्ची कटाउण आया। ओए केड़ा टूरनामेंट, लगता तू गल नूं बड़ा सीरियस लै गया काका। ओए पर्ची तां अपने मुंडिआं दे खाण पीण लई है, नाले तां इहदे नाल मार्केट 'च ठक बणी रहिंदी है ते नाले नौं बणिआ रहिंदा। नौं तां हुण मैं बणाऊंगा। इस लई तैनूं मैनूं रगड़ना पएगा, क्योंकि खन्ने शहर विच सीआर सिर्फ एक है। मैं खन्ने की गल नहीं करता, मैं पूरे पंजाब च नौं बनाउण की गल करदा। नौं बनाउण लई लोहे का जिगरा चाहिए, मौत नाल अखां चखां पाउणियां पैंदियां ने। कदे किसे कुत्ते दे डंडा मारिया? कदे किसे परचे च नौं बोलिया? परचे तां कई बोलदे ने, आ ठेकेदार वाला परचा कुछ ज्यादा ही बोलदा। अच्छा अच्छा अच्छा, वो कांड तू कीता सी, दस की चाहिए? मैनू सी आर चाहिए, सी आर दा दिमाग चाहिए। छोटे भाई, कमाल दा बंदा है तू। मैं तो सोचा सी तू बंदे मंगेगा, हथियार मंगेगा, तू तो सीधा सीआरए मंग लिया। सीआर भाई जी, बड़ा नौ है थोड़ा शहर च। अपने शहर विच नौ बनाउण लई अद्धी उम्र लंघ जांदी है, ते पूरे पंजाब च नौ बनाउण लई पंजाब दे हर बड़े बंदे दी पिट्ठ लवाउणी पैंदी है, ओह वी उहदे घर च वड़ के। सीआर भाई, अपने पाले च रह के तां सिर्फ गोल बचाया जा सकदा है, गोल ठोकण लई तां दूजे दे पाले च वड़ना ही पैंदा है। पटियाले वाला गोशा, मोगे वाला बराड़, ते लुधियाने वाला फौजी। भाई तू बस ये दस, पहला ठोकना केड़ा है? लुधियाने वाला प्रॉपर्टी डीलर जो धक्के नाल लोकां दीआं जमीनां ते प्लाटां ते कब्जा करदा है, ते धीआं भैणां दीआं इज्जतां नाल खेड़दा है। यारी नाल जिन्हां दे पक्की सारे फिरदे असले चक्की। देखो ये सारे कौन ने? ओ यारी नाल जिन्हां दे पक्की सारे फिरदे असले चक्की, गुस्सा रिहा सुभाल कुड़े सारे फट्टे चक्कर वाले जट दे जिगरी यार कुड़े, सारे फट्टे चक्कर वाले जट दे वैली यार कुड़े। बन के नाल तलवारा जिदड़ी सच्चे यारा तो वारा, उखड़ दे बन के नाल तलवारा जिदड़ी सच्चे यारा तो वारा, जिन्ना दे जिगरे तार कुड़े सारे फट्टे चक्कर वाले जट दे जिगरी यार कुड़े, सारे फट्टे चक्कर वाले जट दे वैली यार कुड़े। सिखर दपैर पौने वारी टली वांग खड़कौने, पेचे अजम तिराने पौने वारी टली वांग खड़कौने, खाखा देनिया पाड़ कुड़े भरावा। मार मार अजमाया कर तो तू है कौन? गांधी फट्टे चक्कर वाले जट दे जिगरी यार कुड़े, अंकी पुत जटां दे वैली नी कर ली गिदड़ा ने अणगैली,
ਨੀ ਅਣਕੀ ਪੁੱਤ ਜੱਟਾਂ ਦੇ ਬੈਲੀ ਨੀ ਕਰ ਲਈ ਗਿੱਦੜਾਂ ਨੇ ਅਣਗੈਲੀ ਜੱਟ ਨੇ ਪੁੱਟ ਤੇ ਝਾੜ ਕੁੜਾ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਬੈਲੀ ਯਾਰ ਕੁੜੇ ਲੈ ਬਈ ਡੀਲਰ ਦੀ ਤਾਂ ਕਸਤੀ ਦੌਣ ਹੁਣ ਕਿਹਦੀ ਮੰਜੀ ਠੋਕਣੀ ਆ ਉਹ ਕਿਉਂ ਕਰ ਫਿਰੋਜ਼ਪੁਰ ਵਾਲੇ ਬਰਾੜ ਦੀ ਸ਼ਰਾਬ ਦਾ ਵੱਡਾ ਸਮਗਲਰ ਹੈ ਸਾਲਾ ਬਈ ਸੀ ਆਰ ਤਾਂ ਕਹਿੰਦਾ ਸੀ ਉਹ ਆਪਦੀ ਕਾਲੀ ਕਮਾਈ 'ਚੋਂ ਗਰੀਬ ਕੁੜੀਆਂ 'ਤੇ ਵਿਆਹ ਕਰਦਾ ਹੋਰ ਵੀ ਪੁੰਨ ਦੇ ਕੰਮ ਕਰਦਾ ਕਈ ਸੁਣਿਆ ਤਾਂ ਬਈ ਮੈਂ ਵੀ ਇਹੀ ਹੈ ਉਹਨੂੰ ਰਹਿਣ ਦਿੰਦੇ ਹਾਂ ਫਿਰ ਐਂ ਕਰੋ ਜੀਤੇ ਪਟਿਆਲੇ ਗੱਡੀ ਮੁੜ ਪਟਿਆਲੇ ਵਾਲੇ ਗੋਸ਼ੇ ਦੀ ਮੰਜੀ ਠੋਕਦੇ ਹਾਂ ਕਿਉਂ ਚੱਲ ਪਟਿਆਲੇ ਚੱਲ ਠੀਕ ਆ ਬਈ ਪਟਿਆਲੇ ਵਾਲਾ ਗੋਸ਼ਾ ਗਰੀਬ ਰੇੜੀ ਵਾਲਾ ਤੋਂ ਹਫ਼ਤਾ ਵਸੂਲੀ ਕਰਨ ਲਈ ਅਤੇ ਸਟੈਂਡਾਂ ਦੀਆਂ ਬੋਲੀਆਂ ਵਿੱਚ ਧੱਕਾ ਕਰਨ ਲਈ ਮਸ਼ਹੂਰ ਹੈ ਤੈਨੂੰ ਚੰਗੀ ਤਰ੍ਹਾਂ ਪਤਾ ਤੇਰਾ ਪੁੱਤ ਕਿਹੜਾ ਧੱਕਾ ਕਰਦਾ ਕਿਸੇ ਨਾਲ ਬੇ ਪੁੱਤ ਜਦੋਂ ਤੂੰ ਘਰੋਂ ਜਾਂਦਾ ਨਾ ਤਾਂ ਮੈਨੂੰ ਬਹੁਤ ਡਰ ਲੱਗਦਾ ਉਹ ਕੁਛ ਨਹੀਂ ਹੁੰਦਾ ਮੈਨੂੰ ਤੂੰ ਐਵੇਂ ਨਾ ਡਰਿਆ ਕਰ ਲੈ ਦੱਸ ਆਹ ਹੁਣ ਹੰਝੂ ਕੱਢ ਲੈ ਚੱਲ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਮੈਂ ਨੇਰ ਆਵਾਂ ਸਵੇਰ ਆਵਾਂ ਜਦੋਂ ਮਰਜ਼ੀ ਆਵਾਂ ਆਊਂਗਾ ਜ਼ਰੂਰ ਹੈਲੋ ਹਾਂਜੀ
एक बारी फिर कहो जी। ओ की हो गया, की कहंदा भाई? ओ यार कुड़ी जी बोली जांदी है अंग्रेजी बड़ी तुरी आउंदी आ सुन। हेलो कंजर दिया कंप्यूटर बोलदा है। अच्छा यार भाई दा फोन स्विच ऑफ आई जांदा। और फिर मंडीर पार्टी ठीक ठाक हो? गांधी भाई कित्थे है? मैं कदों दा फोन करी जाना? मैं तो आप करी जाना यार, कुछ नहीं पता लग रहा। कोई अंदाजा है गया कित्थे है? सतवंत नहीं सी भाई? ओही यार जड़ा जेल च अपन रोटी खवाया करता सी। हाँ ओदे मुंडे नाल रौले ते गया। तुहाडे च कोई नाल नहीं गया? ऐसा सुते पे सी यार, कल्ले ही लंघ गया। कल्ले ही लंघ गया? कमाल करदे हो यार तुसी, अद्धे पंजाब दे बहलियां नाल आपां दुश्मनी मुल लई बैठे हां। गांधी भाई कल्ले ही लंघ गया, तुसी इत्थे आए बैठे हो जिवें कुछ होया नहीं हुंदा। जीते गड्डी कढ़ो, चलो सारे। तैनू अड कहना पऊ हुण, बैठो गड्डी च। हाँ चलो भाई। तीरे की हो गया? हो गया बस भाई, इतों तक मैं गांधी भाई दे नाल सी, इस तो बाद की होया मैनू नहीं पता। ओ भोलिया, सारिआं नूं फोन करके कहो कि गांधी भाई लापता है। उठो कंजर दे, गांधी भाई लापता हो गया। ओए ता होना ही सी। हेलो है? अच्छा हेलो। हाँ जी चैल साहब, कित्थे हो? कुछ नहीं प्रधान जी, पुलिस दी रूटीन दी ड्यूटी करी जाने हैं। ओ एक बुरी खबर है जी, गांधी दा ट्रैप लग गया, वो लापता है। की कदों होया ये? आज सवेरे। ते तुसी मैनू हुण दस रहे हो? ओ मैनू तां आप हुण पता लग्या। किसे ते शक? शक मैनू यकीन है जी, ये काम पहलवाना दा ही है। हीरे वर्गा भरा है मेरा, ओनू लभण लई मैं रात दिन इक कर दूंगा। जे तुहानू कोई खबर मिलदी है तां मैनू इमीडिएटली इनफॉर्म करियो जी। पानी 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 पानी। सालिया तेरा जीजा लगता है, हैं? तर उतर। सालिया गांधी गांधी गांधी, चारे पासे तरथली मचाई सी ना तू, शेर कहौंदा सी ना अपने आप नू। देखो आप बनिया पिया बड़ा शेर, इस मर्द ने बने शेर ते कुत्ते भौंकदे ने पलवान, किरा हथ खोल तेरी मर्द होण दी गलत फहमी, हुणे दूर कर दो।
ਹੁਣ ਪਤਾ ਲੱਗੂ ਤੈਨੂੰ ਕੋਈ ਪਾਣੀ ਨਹੀਂ ਪਿਲਾਊਗਾ ਇਸ ਨੂੰ ਕੋਈ ਪਾਣੀ ਨਹੀਂ ਪਿਲਾਊਗਾ ਮੈਂ ਮੂਤ ਪਿਲਾਊ ਇਹਨੂੰ ਮੂਤ ਸਾਲਿਓ ਬਸ ਬਲਵੰਤ ਬਸ ਹੁਣ ਤੇਰੀ ਬੱਲੇ ਬੱਲੇ ਦੀ ਨਹੀਂ ਤੇਰੀ ਮੌਤ ਦੀ ਖਬਰ ਛਪੂਗੀ ਅਖਬਾਰ ਚ ਬੱਲੇ 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 ਬਈ ਅਖਬਾਰ 'ਚ ਖਬਰ ਲੱਗੀ ਆ ਓਏ ਅਖਬਾਰ 'ਚ ਖਬਰਾਂ ਹੀ ਲੱਗਦੀਆਂ ਹੁੰਦੀਆਂ ਹੋਰ ਸਾਡਾ ਟੋਡੇ ਲੱਗਦੇ ਹੁੰਦੇ ਨੇ ਓਏ ਆਪਣੀ ਲੱਗੀ ਆ ਜਿਹੜਾ ਪਹਿਲਵਾਨਾਂ ਤੋਂ ਕੇਬਲ ਦਾ ਕਬਜ਼ਾ ਨਹੀਂ ਛੜਾਇਆ ਦੀ ਖੰਨੇ ਓਹੋ ਉਰੇ ਦਿਖਾਈ ਵਾਹ ਇਹ ਤਾਂ ਕਮਾਲ ਹੀ ਹੋ ਗਈ ਲਿਖਿਆ ਬਈ ਕੁੜੀ ਨੇ ਗੋਲੀ ਚਲਾ ਕੇ ਮੁੰਡਿਆਂ ਨੂੰ ਮੂਹਰੇ ਲਾ ਲਿਆ ਲੈ ਬਈ ਹੁਣ ਤਾਂ ਕੁੜੀਆਂ ਵੀ ਆਪਣੇ ਵਾਲੇ ਕੰਮ ਕਰਨ ਲੱਗ ਗਈਆਂ ਹੈ ਸ਼ਾਬਾਸ਼ ਏ ਬਾਈ ਇੱਕ ਗੱਲ ਹੋਰ ਹੈ ਹੁਣ ਤਾਂ ਆਪਣੇ ਵੀ ਕੁੜੀਆਂ ਨਾਲ ਜੱਫੇ ਵਿਆਹ ਕਰਨਗੇ ਓਏ ਕੰਜਰ ਦਿਆ ਤੈਨੂੰ ਤਾਂ ਕੁੜੀਆਂ ਵੀ ਢਾ ਲਿਆ ਕਰਨਗੀਆਂ ਲੈ ਆਪਣੇ ਸੀ ਆਰ ਬਾਈ ਵੀ ਆ ਗਏ ਇਹੀ ਤਾਂ ਤੂੰ ਸਮਝਦਾ ਨੀ ਜੇ ਬਦਮਾਸ਼ੀ ਵਿੱਚ ਨਾ ਬਣਾਉਣਾ ਹੈ ਨਾ ਤਾਂ ਸਿਰ ਤੇ ਕਿਸੇ ਪੋਲੀਟੀਕਲ ਬੰਦੇ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਬਾਈ ਬਾਈ ਪਹਿਲੀ ਗੱਲ ਤਾਂ ਬਦਮਾਸ਼ ਨਾ ਕਹਿ ਆ ਵੈਲੀ ਗੁੰਡਾ ਗੈਂਗਸਟਰ ਇਹ ਉਹ ਨਾਂ ਨੇ ਜਿਹੜੇ ਲੋਕਾਂ ਨਾਲ ਧੱਕਾ ਕਰਨ ਲਈ ਜਾਣੇ ਜਾਂਦੇ ਨੇ ਧੱਕਾ ਰੋਕਣ ਲਈ ਵੀ ਤੈਨੂੰ ਧੱਕਾ ਕਰਨ ਵਾਲਿਆਂ ਨਾਲ ਲੜਨਾ ਤਾਂ ਪੈ ਰਿਹਾ ਨਾ ਤੇ ਧੱਕਾ ਹਮੇਸ਼ਾ ਵੱਡੇ ਰਸੂਖ ਵਾਲੇ ਲੋਕ ਕਰਦੇ ਨੇ ਇਹ ਤਾਂ ਤੈਨੂੰ ਪਤਾ ਹੈ ਨਾ ਜੇ ਕੱਲ੍ਹ ਨੂੰ ਤੈਨੂੰ ਕਿਸੇ ਵੱਡੇ ਰਸੂਖ ਵਾਲੇ ਬੰਦੇ ਨੇ ਕਿਸੇ ਕੇਸ 'ਚ ਫਸਾ ਤਾ ਤਾਂ ਉਸ ਵਕਤ ਤੇਰੇ ਸਿਰ 'ਤੇ ਕਿਸੇ ਵੱਡੇ ਪੋਲੀਟੀਕਲ ਬੰਦੇ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਸੀ ਯਾਰ ਬਾਈ ਜੇ ਤੂੰ ਕਹਿਣਾ ਤਾਂ ਮਿਲ ਲੈਣਾ ਪਰ ਅਸੂਲਾਂ ਨੂੰ ਛਿੱਕੇ ਟੰਗ ਕੇ ਇਹ ਗੱਲ ਸਿਰੇ ਨਹੀਂ ਚੜ੍ਹਨੀ ਗਾਂਧੀ ਮਿਲ ਤਾਂ ਆਪਾਂ ਪਹਿਲਾਂ ਵੀ ਸਕਦੇ ਸੀ ਪਰ ਹਰ ਗੱਲ ਦਾ ਇੱਕ ਸਮਾਂ ਹੁੰਦਾ ਅੱਜ ਮੈਂ ਤੈਨੂੰ ਆਪਣੇ ਰਾਜਨੀਤਿਕ ਗੁਰੂ ਮੰਤਰੀ ਸ਼ੇਰ ਸਿੰਘ ਨਾਲ ਮਿਲਾਉਣਾ ਰੁਪਿੰਦਰ ਸਿੰਘ ਗਾਂਧੀ ਖੰਨੇ ਵਾਲਾ ਵਾਹ ਇੰਨੀ ਛੋਟੀ ਉਮਰ ਤੇ ਐਡਾ ਵੱਡਾ ਕੱਦ ਐਡਾ ਵੱਡਾ ਰੁਤਬਾ ਤੇ ਐਡੀ ਵੱਡੀ ਪਹਿਚਾਣ ਬਹੁਤ ਸੁਣਿਆ ਸੀ MLA ਸਾਹਿਬ ਤੋਂ ਤੇਰੀ ਦਲੇਰੀ ਬਾਰੇ ਮੈਂ ਤਾਂ ਕਾਇਲ ਹੀ ਹੋ ਗਿਆ ਸਤਿ ਸ੍ਰੀ ਅਕਾਲ ਬੈਠੋ ਅੱਜ ਦੀ ਘੜੀ ਚ ਰੁਪਿੰਦਰ ਗਾਂਧੀ ਯੂਥ ਆਈਕੋਨ ਹੈ ਮੰਤਰੀ ਸਾਹਿਬ ਮੈਂ ਵੀ ਕੋਈ ਚੀਜ਼ਾਂ ਇਹ ਤਾਂ ਮੈਨੂੰ ਅੱਜ ਤੁਹਾਡੇ ਤੋਂ ਪਤਾ ਲੱਗਿਆ ਜੀ ਬਸ ਜੀ ਜਿੰਨੇ ਕੁ ਜੋਗਾ ਹੈਗਾ ਆਪਣੇ ਯਾਰਾਂ ਦੇ ਸਿਰ ਤੇ ਆ ਤਾਂਹੀਓ ਤਾਂ ਤੇਰੇ ਯਾਰ ਤੇਰੇ ਤੇ ਜਾਨ ਛਿੜਕਦੇ ਨੇ ਕੋਈ ਖੂਬੀ ਤੇ ਹੈ ਨਾ ਤਾਂਹੀਓ ਤਾਂ ਛਿੜਕਦੇ ਨੇ ਬੰਦਾ ਚਾਹੇ ਸਹੀ ਹੋਵੇ ਚਾਹੇ ਗਲਤ ਹੋਵੇ ਜਿਹੜੇ ਮੌਕੇ ਦੇ ਨਾਲ ਖੜ ਜਾਣ ਅਸਲੀ ਯਾਰ ਤਾਂ ਉਹੀ ਹੁੰਦੇ ਨੇ ਬਸ ਮੇਰੇ ਸਾਰੇ ਯਾਰ ਇਹੋ ਜਿਹੇ ਨੇ ਜੀ ਬਸ ਇਹੋ ਜਿਹਾ ਸਾਥ ਹੀ ਮੈਂ ਤੇਰੇ ਵੱਲੋਂ ਚਾਹੁੰਦਾ ਮੈਂ ਤੁਹਾਡੇ ਕੀ ਕੰਮ ਆ ਸਕਦਾ ਜੀ ਇਹ ਤਾਂ ਵਕਤ ਵਕਤ ਦੀ ਗੱਲ ਹੈ ਗਾਂਧੀ ਕਦੇ ਤੂੰ ਸਾਡੇ ਕੰਮ ਆਵੇਗਾ ਤੇ ਕਦੇ ਅਸੀਂ ਤੇਰੇ ਕੰਮ ਆਵਾਂਗੇ ਇਸ ਵਾਰ ਇਲੈਕਸ਼ਨ ਵਿੱਚ ਸਾਡੇ MLA ਸਾਹਿਬ ਨਾਲੋਂ ਸਾਡੀ ਹੀ ਪਾਰਟੀ ਦੇ ਕਿਸੇ ਹੋਰ ਬੰਦੇ ਦੀ
टिकट ले दावेदारी मजबूत है। एक तो वो साढ़े सी एम साहब के बहुत नेड़े है, ते दूजा यूनिवर्सिटीज ते कॉलेजेस दे मुंडिया ते उसकी पकड़ बहुत मजबूत है। पर इस बार मैं कुछ इस तरह का चाहना है कि कुछ इस तरह का किया जाए कि सारे इलाके दे कॉलेज ते यूनिवर्सिटीज विच प्रधान अपने मुंडे बन, ताकि इस बार फिर अपने एमएलए साहब नूं टिकट मिले। एमएलए साहब, थोनू तो पता ही है जी, मैं कोई नजायज काम नहीं करता। नजायज काम करने तेनू कहिंदा वी कौन है, नाले आपा भी तो जित के लोग भलाई के काम ही करने, क्यों मंत्री साहब? ठीक है मंत्री साहब, फिर तुसी काम हो गया समझो। सत श्री अकाल। सत श्री अकाल। सत श्री अकाल। सत श्री अकाल। अग है मुंडे च, बहुत दूर तक जाएगा। क्यों बोलिया लोटा? अरे पोस्टर ला लें दे। आ लग गया। आजो आजो आजो, देखा याद है तेरे वीर ने, देख ला कि नी चढ़ाई तेरे यार दी दबल ते तेरे वीर ने। हटदा यार। उधर की पुछदा, इधर गल कर। ओए तेरा इलाका नहीं जिथे तू धक्का करी जावे। धक्का करन दा स्वाद ही दूजे दे इलाके च आउंदा। फिर इस बार तू गलत पंगा ले लिया गांधी, इस कॉलेज तो सीधा तू डीएमसी जाएगा। ए तां हुणे पता लग जांदा कौन डीएमसी जांदा है। आ जा, चलो सिट लो सड़ा नू। पासे हट जाओ,
नहीं गड़ासा कमा दूं मैं। कमा कमावा फिर तू कमा कमाता। ओ खड़ जा यार होना जा। चल जा। ओ तरलोक ठोके दे। कौन जाऊ? मैं जाऊंगा भाई डीएमसी। बस इस बार छोड़ दे भाई। आज तो इस कॉलेज का प्रधान गुरदीप सिंह है। और 40-50 बंदे नाल की हुंदा होए? और रैली ते जाना कोई व्याह ते मेल लेके नहीं चले। हर गल समझाणी पैंदी आ तुहानू। छेती इंतजाम करो जल्दी। गांधी भाई जिंदाबाद। गांधी भाई जिंदाबाद। गांधी भाई जिंदाबाद। मंत्री शेर सिंह जिंदाबाद। मंत्री शेर सिंह जिंदाबाद। मंत्री शेर सिंह जिंदाबाद। मंत्री शेर सिंह जिंदाबाद। Blaze the fire, come make we burn Babylon. Blaze it, blaze it, blaze it, blaze it, blaze the fire, come make we burn Babylon. Blaze it, blaze it, blaze it, Babylon. Bhan ji, izzat de naal. Haan bhai, tu bol. Main ajj to baad sari kudiyan nu bhan ji kahun. जे तू सारयां नूं भैण जी कहेगा ब्याह तू एदे नाल कराएगा। मैं अपने ब्याह ली कुड़ी नूं छड्ड के हरेक कुड़ी नूं भैण जी कहूं। मतलब अपा हरकतां तों बाज नहीं आउणा। हाथ थल्ले कर। स्टाइलो अपने कॉलेज आउटसाइडर बड़े फिरदे ने। अपने कॉलेज आउटसाइडर? हां मैं आप देखे ने। तू चल मैं आई। तैनू की लगदा सी तू बच जाएगा। स्टेलो गैंग ओ हेलो है कौन तू पोस्टर को पाड़िया? अच्छा की हो गया पिंकी? की गल हो गई? पोस्टर पाड़िया अपनी पार्टी दे। ओए तेरी हिम्मत किवें हुई पोस्टर नु हाथ लाउण दी? चिप गया जी। अच्छा ओ फेविको लाउणा पऊ। खड़ जा तेरी तां मैं दसदी आ पोस्टर फाड़न दा पता। ओ भाई बचाला ओ कुड़ी आ गई मेनू। तू फिर कुड़ी छड़ गया? ना ओ तां पहले ही छड़ियां होईयां ने। इधर आ चिंपैंजी जिया तेरी हिम्मत किवें हुई साडी पार्टी दे पोस्टर फाड़न दी? तेरा नाम किवें पता इहनू? बाहर निकल हुण पिछे को लुकी जाना है। चल डरदा क्यों है गल कर। देखो जी गल सुनो मेरी। गांधी ग्रुप का एक असूल है कि औरतों के कदे हाथ नहीं चकते। थोड़ा भी कोई असूल बनता कि नहीं? नाले बहुत इज्जत है मेरी गांधी ग्रुप च। चाहे गांधी भाई ने पूछ लो। भाई दसी माड़ा गया ओए दसता सही ओए वो गल तो कर। मैं चलो चलो साड़े पोस्टर पाड़ के चले गए ते तू कुछ क्या ही नहीं सुनया नहीं उसने की कहा गांधी। गांधी भाई आंखें खोलो। गांधी भाई लो दूध पियो। हम तो आपको जानते नहीं गांधी भाई, मगर एक इंसान होने के नाते हमसे आपके दुख नहीं देखा जाता।
भाई जी भाई जी मैं समझ नहीं आती तुम्हें क्यों फट के रखा हुआ ठोक के भरा करो ओदा जिले की मंडी ने इन लभन लिए तरथली मचा रखी है पूंडा दे खखर नूं हत्थ पाया तरथली तो मचनी होती हैलो अपने सारे मुंडिया कह दो कि जिले का चप्पा चप्पा छान मारन हाँ पलवाना का कोई भी टिकाणा बचना नहीं चाहिए एदा पता करो जी हाँ हाँ भी लग्या कुछ पता नहीं प्रधान साहब असी तो पहलवाना का कला कला टिकाणा गाता पर भाई नहीं लभ्या मेरी एस पी नाल गल हुई है वह भी अपना पूरा जोर ला रहे ने एक गल तो पक्की है कल्ले पहलवाना की इन्नी हिम्मत नहीं हो सकती जरूर उन्हां दी पिठ पिछे किसी पावरफुल बंदे का हाथ है ਕਿਵੇਂ ਬੇਚਾਨ ਜਿਹਾ ਹੋਇਆ ਭੈਣ ਯਕੀਨ ਨਹੀਂ ਆਉਂਦਾ ਬਈ ਇਹ ਉਹੀ ਗਾਂਧੀ ਹੈ ਜਿਹਨੂੰ ਵੇਖ ਕੇ ਸੌ ਸੌ ਬੰਦਾ ਰਾਹ ਛੱਡ ਜਾਂਦਾ ਸੀ ਬਈ ਘੱਟੋ ਘੱਟ ਸੌ ਜਾਣਾ ਡਲਣ 'ਚ ਹੀ ਫਾਇਦਾ ਹੈ ਐਂ ਕਰੋ ਫਿਰ ਖਿੰਡ ਕੇ 'ਚ ਲੰਘ ਜਾਓ ਸਾਰੇ ਆਪਣੇ ਟਿਕਾਣੇ 'ਤੇ ਮਿਲਦੇ ਹਾਂ ਚਲੋ ਤੁਸੀਂ ਠੀਕ ਹੈ ਬਈ दीदी लगता प्रिंसिपल नाल ही गल करनी पैनी है तू फिकर ना कर मैं गल कर दी हूं प्रिंसिपल नाल की नाम दस्या दीदी आरपी शुक्ला गांधी गांधी नहीं दीदी आरपी शुक्ला तू चुप कर पिंकी ओ देख गांधी यार गांधी है तो फिर की चल ओदा काम करवाइए ते चलिए काम तो हुण गांधी करू नाले जिथे गांधी उथे तो एक्शन पक्का ही हो पासे हट जा चेयरमैन देख लेना था। ओए, अपार्टमेंट केड़ा तेरा ओए? अपना आई कार्ड बखा। ओ सुनया नहीं तेनू? आईडी कार्ड कड। खड़ जो। नहीं गोली कर दूं बच दे। ओ देख दे कियो। चक लो साले नू। ओ भाई है जे जेब कतरे दा की पता जेब च कट्टा कुट्टा लई फिरदा हुंदा एवी ठोक दूंगा। ओ भाई बचा ला ओए। नहीं रगड़ देणगे मैनू। ओ हुण आ कौन आ? हाथ पाउण तो पहला एक गल सोच लियो गांधी हाँ मैं खन्ने आला
चल पिंकी चल 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 दीदी शुक्ला ओ गोली मार तेरे शुक्ले नु इत्थे किथे मेरा गांधी ना निकल जावे ओ जित्ते किथे हो यार आ जाओ यार गेट ते खड़े हां सी ओ यार गड्डी खराब हो गई हैरी लग्या हा ठीक करना ओ हां उस्ताद किन्ना का टाइम लगू बड़े दा पंप बहगा टाइम लगू यार ले कहंदा पंप बह गया टाइम लग जू ऐ करो तुसी पहुंचो टिकाने ते असी पहुंचदे फिर इधरों ओ तां कहंदा गड्डी खराब हो गई चल करदे आ फिर कोई ना कोई जुगाड़ आपां जानदा भाई जद मुंडिया ने घेरिया ना हां तो ऐ लग्या साक्षात यमराज आ गया होवे ते मैनू कहंदा मैं क्या जी चलना है हाय ओए लेडी यमराज ਇਥੋਂ 5 ਕਿਲੋਮੀਟਰ ਤੱਕ ਕੋਈ ਵੀ ਸਵਾਰੀ ਨਹੀਂ ਮਿਲਣੀ ਆ ਜਾਓ ਲੈ ਚੱਲਦੇ ਆ ਭਾਈ ਮੈਂ ਤਾਂ ਕਹਿਣਾ ਚੱਲਦੇ ਆ ਯਾਰ ਉਹ ਵੀ ਤਾਂ ਪੁਜੀ ਖਾਸੀ ਜੀ ਹੋਈ ਪਈ ਆ ਚੱਲ ਭਾਈ ਚੱਲ ਯਾਰ ਚੱਲ ਸੋਲੇ ਤੈਨੂੰ ਜਾਨ ਤੋਂ ਮਾਰ ਦੂੰ ਉਹ ਤੂੰ ਮਾਰ ਹੀ ਨਹੀਂ ਪਰ ਤੂੰ ਚੱਲ ਚੱਲ ਪੂਰੇ ਬੈਠ ਤੁਸੀਂ ਤਾਂ ਕੁਝ ਬੋਲਦੇ ਹੀ ਨਹੀਂ ਹੋ ਕੁਝ ਆਪਣੀ ਦੱਸੋ ਕੁਝ ਸਾਡੀ ਪੁੱਛੋ ਸੋਡਾ ਨਾਮ ਕੀ ਹੈ ਜੀ ਓਹੋ ਇਹਨੇ ਹੁਣੇ ਹੀ ਵੱਜਣਾ ਸੀ ਸੁਣੋ ਜੀ ਹਾਂਜੀ ਤੁਹਾਡਾ ਸਮਾਨ ਡਿੱਗ ਪਿਆ ਸੀ ਹੈ ਜੀ ਹਾਂ ਸਾਂ ਮੈਨੂੰ ਮੇਰਾ ਨੀ ਹੈਗਾ ਜੀ ਮੈਨੂੰ ਕੀ ਪਤਾ ਕੀਤਾ ਇਹ ਤਾਂ ਗਾਂਧੀ ਬਾਈ ਦਾ ਵੀ ਨੀ ਹੈ ਜਿਹੜਾ ਉਹ ਮੁੰਡਾ ਜੀਤਾ ਨੀ ਜੀ ਉਹਦਾ ਇਹ ਤਾਂ ਮੈਂ ਤਾਂ ਕਦੇ ਦੇਖਿਆ ਵੀ ਨੀ ਪਤਾ ਨੀ ਸਾਲੇ ਕੀ ਗੰਦ ਮੰਦ ਦਿਖਾਈ ਜਾਂਦੇ ਆ ਮੈਂ ਤਾਂ ਕਦੇ ਮੂੰਹ ਤੱਕ ਨੀ ਲਾਇਆ ਇਹਨਾਂ ਨੂੰ ਮੈਨੂੰ ਕੀ ਪਤਾ ਨਾ ਤਾਂ ਜਿਹਨੂੰ ਬੁਲਾ ਰਹੀ ਹਾਂ ਉਹ ਬੋਲਦਾ ਨੀ ਹੈ ਤੇ ਇਹਨੇ ਘੰਟੇ ਦੀ ਚੂ ਚੂ ਲਾ ਰੱਖੀ ਹੈ ਹਾਏ ਰੱਬਾ ਤੁਸੀਂ ਤਾਂ ਜਮਾ ਹੀ ਨੀ ਬੋਲਦੇ ਅੱਛਾ ਚਲੋ ਜੇ ਤੁਸੀਂ ਕੁਛ ਪੁੱਛਣਾ ਹੀ ਨੀ ਮੈਂ ਆਪ ਹੀ ਦੱਸ ਦਿੰਦੀ ਹਾਂ ਮੈਨੂੰ ਮੋਗੇ ਵਾਲੀ ਵੈਲਣ ਕਹਿੰਦੇ ਨੇ ਗੱਡੀ ਰੋਕੋ ਕੀ ਹੋਇਆ ਗੱਡੀ ਰੋਕੋ ਮੁਲਾਕਾਤ ਅਧੂਰੀ ਛੱਡ ਕੇ ਜਾਓਗੇ ਦੁਬਾਰਾ ਕਦੋਂ ਮਿਲੋਗੇ ਕੁੜੀਆਂ ਨੂੰ ਨਾ ਤਾਂ ਹਥਿਆਰ ਸੋਪਦੇ ਨੇ ਤੇ ਨਾ ਹੀ ਆ ਪਹਿਰਾਵਾ ਰਹੀ ਗੱਲ ਮਿਲਣ ਦੀ ਕਦੇ ਨਹੀਂ ਚਲੋ ਬੋਲੇ ਓਏ ਪਿੰਡ ਕਿਹੜਾ ਇਹਦਾ ਤੁਹਾਡੇ ਸੂਲੜੇ ਪਿੰਡ ਦਾ ਹੀ ਹੈ ਜੀ ਉਹ ਹਾਂਜੀ ਹਾਂ ਆਪਣੇ ਸ਼ਰੀਕੇ ਚੋਂ ਹੀ ਹੈ ਬੜਾ ਨੇਕ ਦਿਲ ਮੁੰਡਾ ਇੰਨਾ ਨੇਕ ਦਿਲ ਮੁੰਡਾ ਚਾਚਾ ਜੀ ਉਹਨਾਂ ਗਲਤ ਬੰਦਿਆਂ ਨਾਲ ਕਿਵੇਂ ਰਲ ਗਿਆ ਅੱਜ ਦੀ ਯੂਥ ਦਾ ਆਈਕੋਨ ਆ ਗਾਂਧੀ ਤੁਸੀਂ ਉਸ ਨੂੰ ਕਹੋ ਸਾਡੇ ਨਾਲ ਆਵੇ ਉਹ ਮਿਲ ਕੇ ਕੋਈ ਭਲਾਈ ਦੇ ਕੰਮ ਕਰਾਂਗੇ ਫਿਰ ਕੀ ਫਿਰ ਚੱਕਤੇ ਫੱਟੇ ਬਾਈ ਅੱਜ ਭੋਲੇ ਦੀ ਬੋਲਤੀ ਕਿਉਂ ਬੰਦਾ ਜਿਹਦੇ ਹਲਕ ਨੂੰ ਮੌਤ ਦੀ ਮਤਲਬ ਪਿਸਤੌਲ ਦੀ ਨਾਲ ਹੀ ਲੱਗੀ ਹੋਵੇ ਉਹਦੀ ਤਾਂ ਆਪੇ ਬੰਦ ਹੋਣੀ ਹੈ ਕਿਉਂ ਬੋਲੇ ਇਹੋ ਜਿਹਾ ਕੀ ਹੋ ਗਿਆ ਬਾਈ ਇਹਦੋ ਹੀ ਪੁੱਛ ਲੈ ਲੋਕ ਤਾਂ ਮੌਤ ਦੇ ਮੂੰਹ 'ਚ ਮੁੜਦੇ ਨੇ ਮੌਤ ਮੇਰੇ ਮੂੰਹ 'ਚ ਮੁੜੀ ਹੈ ਤੂੰ ਵੀ ਤਾਂ ਸਾਲਿਆ ਛਾਲਾਂ ਮਾਰ ਮਾਰ ਜੀਭ 'ਚ ਬਹਿੰਦਾ ਸੀ ਇਹੋ ਜਿਹੀ ਗੱਲ ਨਹੀਂ ਬਾਈ ਵੈਸੇ ਸਟੈਲੋ ਨੇ ਹੱਥ ਤਾਂ ਤੀਰਾ ਵੀ ਫੜ ਲਿਆ ਸੀ ਉਹ ਯਾਰ ਬਾਕੀ ਗੱਲ ਤਾਂ ਠੀਕ ਹੈ ਪਰ ਆ ਸਟੈਲੋ ਕੌਣ ਹੈ ਮਾਈਸੈਲਫ ਸਟੈਲੋ ਕੌਰ ਨਹੀਂ ਸਤਵਿੰਦਰ ਕੌਰ ਸਹੀ ਕਹਿੰਦਾ ਸੀ ਉਹ ਕੁੜੀਆਂ ਤਾਂ ਐਵੇਂ ਫੱਬਦੀਆਂ ਨੇ ਓਏ ਹੋਏ ਉਹਦੇ ਇੱਕ ਵਾਰੀ ਕਹਿਣ ਤੇ ਸੂਟ ਪਾ ਲਿਆ ਨੀ ਮੈਂ ਲੱਗੀਆਂ ਦੇ ਬੋਲ ਪੁਗਾਵਾਂ ਜੇ ਇੱਕ ਵਾਰੀ ਕਹਿ ਦੇ ਹੱਸ ਕੇ ਤੂੰ ਤਾਂ ਐਵੇਂ ਕੰਬਲੀ ਹੋਈ ਫਿਰਦੀ ਹੈ ਮੈਂ ਸੁਣਿਆ ਉਹ ਹਰ ਕੁੜੀ ਨੂੰ ਭੈਣ ਕਹਿ ਦਿੰਦਾ ਜੇ ਕਿਤੇ ਤੈਨੂੰ ਵੀ ਗੋਲੀ ਨਾ ਮਾਰ ਦੂੰਗੀ ਉਹਨੂੰ ਲੈ ਆ ਗਈ ਸਤਵਿੰਦਰ ਕੌਰ ਤੋਂ ਫੇਰ ਸਟੈਲੋ ਜੇ ਇੰਨੀ ਤੜਪ ਹੈ ਗੱਲ ਕਰਨ ਦੀ ਤਾਂ ਗੱਲ ਕਿਉਂ ਨਹੀਂ ਕਰ ਲੈਂਦੀ ਉਹਦੇ ਨਾਲ ਲੈ ਕਰ ਲੈ ਗੱਲ ਲੈ ਲਿਆ ਸੀ ਨੰਬਰ ਤੇਰੇ ਲਈ ਉਹ ਇਹ ਜੀ ਗੱਲ ਨਹੀਂ ਪਿੰਕੀ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ ਤੂੰ ਤੂੰ ਤਾਂ ਕਿਸੇ ਨੂੰ ਜਰਦੇ ਦੀ ਚੂੰਡੀ ਨਹੀਂ ਦਿੰਦਾ ਸਾਲਾ ਜਾਨ ਕਿੱਥੋਂ ਦੇਵੇਂਗਾ ਕਿੱਥੇ ਵੱਜੀ ਜਾਂਦਾ ਹੈਲੋ
कौन? चिंपैंजी? हाँ जी। बाई किथे तेरा? इत्थे ही है। करा फिर गल। करा देना। बाई, फोन है तेरा। कौन है? तू ही पूछ ला। हेलो। हेलो जी। थोनू मेरा नंबर किने दिता? जिन्हां ने गल करनी हुंदी है नंबर तो वो आपे ही लभ लैंदे ने। वैसे कल तुसी मिलन बारे कुछ सोचिया? थोनू एक बार कही गल समझ नहीं आउंदी शायद। मैं फिर भी ना लेक दे उपर वाले गार्डन तुहाडा इंतजार करूंगी। मैं थोनू एक बार कहता ना कि कदे नहीं। मिस्टर रुपिंदर गांधी, तेनू शायद पता नहीं कि लोकी मैनू मोगे वाली वैलन दे नाम ना जानदे ने। ते जे तू कल ना आया ना, ए वैलन तेरे घर पहुंच जूगी। रसुलड़ा पिंड है ना तेरा? ठीक है, कल मिलते हैं। वैली तो बहुत ठीक करेंगे, लगता होने वैलन भी ठीक करनी पैनी है। पेंदी मठी मठी पूर विच पिच तेरी होर, पेंदी मठी मठी पूर विच पिच तेरी होर, मठी मठी पूर विच पिच तेरी होर, कखा थले ना टिकने अंगारिया वे तू बुकला कंबल दिया मारिया, वे तू बुकला कंबल दिया मारिया, बुकला कंबल दिया मारिया, वे तू बुकला कंबल दिया मारिया। हथियार छावर करते वे जा कदमा थले धरते वे, तू होर की साथो चौना ए पानी उमरा दिले भरते वे। मैं हथियार छावर करते वे जा कदमा थले धरते वे, तू होर की साथो चौना ए पानी उमरा दिले भरते वे। ऐसा संदले तेरे तो वारिया वित बुकला कंबल दिया मारिया, वित बुकला कंबल दिया मारिया, बुकला कंबल दिया मारिया, वित बुकला कंबल दिया मारिया। प्यारा दी ना गुड़ी नींद चंदरिया सोनिया, मैनू खुद कोलो संग आ जावे वे जद शीशे मूरे आनिया। कैसी लगी लत प्यारा दी ना गुड़ी नींद चंदरिया सोनिया, मैनू खुद कोलो संग आ जावे वे जद शीशे मूरे आनिया। चित लैन नू ना कर फुलकारिया वित बुकला कंबल दिया मारिया, वित बुकला कंबल दिया मारिया, बुकला कंबल दिया मारिया, वित बुकला कंबल दिया मारिया। अज मान सहा अज असल टिकाने ला देवे ना पटके होए राइयां नूं, अज मान सहागर माइयां नूं अंजाम दे ना तबाइयां नूं, अज असल टिकाने ला देवे ना पटके होए राइयां नूं। गईयां टप वे पिंडां दियां लारियां वित बुकला कंबल दिया मारिया, वित बुकला कंबल दिया मारिया, बुकला कंबल दिया मारिया, वित बुकला कंबल दिया मारिया।
ਫਿਰ ਹੈਲੋ ਕਿੱਧਰ ਕੁੜੀ ਨਾਲ ਗੱਲ ਕਰਨ ਆਏ ਆ ਬੰਦਾ ਕੁੱਟਣ ਨਹੀਂ ਇੱਧਰ ਆ ਕੇ ਖੜੋ ਓਕੇ ਇਹ ਮਜ਼ਾਕ ਸਮਝਦਾ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਲੇਟ ਹੋ ਤੁਸੀਂ ਹਾਂਜੀ ਪੰਜ ਕੁ ਮਿੰਟ ਲੇਟ ਹਾਂ ਜੀ ਉੱਧਰ ਜਾ ਕੇ ਗੱਲ ਕਰਦੇ ਹਾਂ ਆਪਾਂ ਆਏ ਓਏ ਪਿੰਕੀ ਇਕੱਲੀ ਆ ਓਏ ਮੈਂ ਜਾ ਕੇ ਆਉਣਾ ਮਗਰ ਨਾ ਆ ਜਾ ਕੋਈ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆ ਨਾ ਜੀ ਕਾਮਯਾਬ ਬੰਦੇ ਪਿੱਛੇ ਨਾ ਔਰਤ ਦਾ ਹੱਥ ਹੁੰਦਾ ਮੈਨੂੰ ਪੱਕਾ ਪਤਾ ਜੀ ਤੁਸੀਂ ਮੈਨੂੰ ਬਹੁਤ ਕਾਮਯਾਬ ਕਰੋਗੇ ਰਾਤੀ ਮੈਨੂੰ ਨਾ ਇੱਕ ਸੁਪਨਾ ਆਇਆ ਜੀ ਆਪਾਂ ਦੋਵੇਂ ਪਾਰਕ 'ਚ ਬੈਠੇ ਹਾਂ ਉੱਥੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ ਮੀਂਹ ਹਲਕਾ ਹਲਕਾ ਪੈ ਰਿਹਾ ਮੇਰੀ ਜੇਬ 'ਚ ਜਰਦਾ ਡਿੱਗ ਗਿਆ ਤੁਸੀਂ ਚੱਕ ਕੇ ਭੱਜ ਲਏ ਜੀ ਮੈਂ ਪਿੱਛੇ ਪਿੱਛੇ ਜਾ ਰਿਹਾ ਦੇਖ ਮੈਂ ਤੇਰੇ ਲਈ ਸਭ ਕੁਝ ਬਦਲ ਦਿੱਤਾ ਕਿਵੇਂ ਦੀ ਲੱਗ ਰਹੀ ਹਾਂ ਮੈਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਮੇਰੀ ਗੱਲ ਮੰਨੀ ਇੱਕ ਗੱਲ ਕਹਾਂ ਜੀ ਬੈਲਣ ਕਹਾਉਣਾ ਵੀ ਕੋਈ ਬਾਹਲੀ ਮਾਣ ਵਾਲੀ ਗੱਲ ਨਹੀਂ ਅੱਜ ਕੱਲ੍ਹ ਨਾ ਲੋਕਾਂ ਨੇ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਔਖਾ ਕੀਤਾ ਹੋਇਆ ਮੈਂ ਤਾਂ ਬਸ ਆਪਣੀ ਰਾਹ ਬਦਲੀ ਸੀ ਤੇ ਹਥਿਆਰ ਚੁੱਕ ਲਏ ਲੋਕਾਂ ਨੇ ਮੈਨੂੰ ਵੈਲਣ ਕਹਿਣਾ ਸ਼ੁਰੂ ਕਰ ਦਿੱਤਾ ਤੂੰ ਦੱਸ ਇਹ 'ਚ ਕਸੂਰ ਕੀ ਹੈ ਮੇਰਾ ਚੱਲ ਛੱਡ ਤੂੰ ਦੱਸ ਤੂੰ ਮੇਰੇ ਬਾਰੇ ਕੀ ਸੋਚਦਾ ਮੇਰੀ ਸੋਚ ਤੁਹਾਡੇ ਲਈ ਵੀ ਉਹੀ ਹੈ ਜੀ ਜੋ ਬਾਕੀ ਕੁੜੀਆਂ ਲਈ ਹੈ ਮੈਂ ਸਾਰੀਆਂ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਤੁਹਾਡੀ ਵੀ ਉਨੀ ਇੱਜ਼ਤ ਹੈ ਮੇਰੇ ਦਿਲ 'ਚ ਤੁਸੀਂ ਮੇਰੇ ਬਾਰੇ ਸੋਚਣਾ ਛੱਡ ਦਿਓ ਮੈਂ ਤਾਂ ਸੁਣਿਆ ਸੀ ਗਾਂਧੀ ਬੁਰੇ ਲੋਕਾਂ ਦੀਆਂ ਹੱਡੀਆਂ ਤੋੜਦਾ ਪਰ ਕਿਸੇ ਸੱਚੇ ਦਾ ਦਿਲ ਨਹੀਂ ਦਿਲ ਤਾਂ ਟੁੱਟਦਾ ਨਾ ਜੋ ਕੋਈ ਵਾਅਦਾ ਕਰਿਆ ਹੋਵੇ ਮੈਂ ਕਿਹੜਾ ਕੋਈ ਵਾਅਦਾ ਕਰਿਆ ਤੁਹਾਡੇ ਨਾਲ ਠੀਕ ਆ ਤੂੰ ਅੱਜ ਕੋਈ ਵਾਅਦਾ ਨਾ ਕਰ ਪਰ ਮੈਂ ਤੇਰਾ ਇੰਤਜ਼ਾਰ ਕਰੂੰਗੀ ਤੇਰੀ ਜ਼ਿੰਦਗੀ ਵਿੱਚ ਵੀ ਕਦੇ ਨਾ ਕਦੇ ਕੋਈ ਨਾ ਕੋਈ ਕੁੜੀ ਤੇ ਜ਼ਰੂਰ ਆਊਗੀ ਤੇ ਜੇ ਉਹ ਕੁੜੀ ਇਹ ਸਤਿੰਦਰ ਕੌਰ ਤੋਂ ਇਲਾਵਾ ਕੋਈ ਵੀ ਹੋਰ ਹੋਈ ਨਾ ਗੋਲੀ ਮਾਰ ਤੂੰ ਤੈਨੂੰ ਵੀ ਤੇ ਉਹਨੂੰ ਵੀ ਸਤਿ ਸ਼੍ਰੀ ਅਕਾਲ ਗਾਂਧੀ ਭਾਈ ਗੱਲ ਕਹਾਂ ਤੂੰ ਵੀ ਕਮਾਲ ਦਾ ਬੰਦਾ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਦਿਲ ਤੋੜਨ ਲੱਗਿਆ ਨਾ ਮਿੰਟ ਲਾਉਣਾ ਉਹ ਤੂੰ ਬਸ ਕਰ ਮੈਂ ਤਾਂ ਕਹਿੰਦਾ ਕੁੜੀਆਂ ਨਾਲ ਹੋਣਾ ਹੀ ਹੈ ਚਾਹੀਦਾ ਜਿਹੜਾ ਬੰਦਾ ਪਿਆਰ ਦੀ ਕਦਰ ਨਹੀਂ ਨਾ ਕਰਦਾ ਉਹਦੇ ਤਾਂ ਫਿਰਦੀਆਂ ਨੇ ਮਗਰ ਮਗਰ ਜਿਹੜਾ ਮੇਰੇ ਵਰਗਾ ਵਿਚਾਰਾ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਭਰਿਆ ਹੋਇਆ ਉਹਦੇ ਕੰਨੀ ਤਾਂ ਇਹ ਝਾਕਦੀਆਂ ਵੀ ਨਹੀਂ ਉਹ ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਨਹੀਂ ਜੱਤ ਨਾਲ ਭਰਿਆ ਹੋਇਆ ਤਾਂ ਹੀ ਤਾਂ ਲੋਕ ਤੈਨੂੰ ਚਿੰਪਾਂਜੀ ਕਹਿੰਦੇ ਨੇ ਬਸ ਓਏ ਜ਼ਿਆਦਾ ਜਬਲੀਆਂ ਨਾ ਮਾਰ ਗਾਂ ਦੇਖ ਕੇ ਗੱਡੀ ਚਲਾ ਐਵੇਂ ਨਾ ਠੋਕ ਦੀ ਕਿਸੇ 'ਚ ਉਹ ਪਰਵਾਹ ਨਾ ਕਰ ਬਾਈ ਤੇਰਾ ਭਾਈ ਤਾਂ ਅੱਖਾਂ ਬੰਦ ਕਰਕੇ ਗੱਡੀ ਚਲਾ ਲੈਂਦਾ ਮਜਾਲ ਆ ਗੱਡੀ ਠੁੱਕ ਜੇ ਕਰਤਾ ਨਾ ਉਹੀ ਕੰਮ ਉਹ ਬਾਈ ਜੀ ਸੱਟ ਤਾਂ ਨਹੀਂ ਲੱਗੀ ਓਏ ਨਾ ਨਾ ਉਹ ਤਾਂ ਮੈਂ ਵੈਸੇ ਸਕੂਟਰ ਸੜਕ 'ਤੇ ਲੇਟਾ ਦਿੱਤਾ ਸੀ ਅਤੇ ਆਪਣੀ ਜਨਾਨੀ ਨਾਲ ਇੱਥੇ ਸੜਕ 'ਤੇ ਲੇਟ ਕੇ ਸਨ ਬਾਥ ਲੈ ਰਿਹਾ ਸੀ ਤੁਹਾਡੀਆਂ ਅੱਖਾਂ ਨੇ ਕਿ ਟਿੱਚ ਵਟਨ ਉਹ ਬਾਈ ਜੀ ਅਸੀਂ ਜਾਣ ਕੇ ਟੱਕਰ ਨਹੀਂ ਮਾਰੀ ਗਲਤੀ ਨਾਲ ਲੱਗ ਗਈ ਉਹ ਮੈਂ ਜਾਣਨਾ ਤੁਹਾਨੂੰ ਲੰਡਰਾਂ ਨੂੰ ਜਿੱਥੇ ਸੋਹਣੀ ਜਨਾਨੀ ਵੇਖੀ ਨਹੀਂ ਅਤੇ ਆ ਕੇ ਵਿੱਚ ਵੱਜ ਜਾ ਸੋਹਣੀ ਜਨਾਨੀ ਇਹ ਰੁਕੇ ਨਾ ਮੈਂ ਰੁਤੇ ਕਹਿ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਪੁਲਿਸ ਨੂੰ ਫੜਾ ਦੇਣਾ
ਤੁਸੀਂ ਹਲੇ ਜਾਣਦੇ ਨਹੀਂ ਮੈਨੂੰ। ਛੱਡੋ ਬਾਈ, ਕੀ ਰੱਖਿਆ ਲੜਾਈ 'ਚ? ਓਏ ਹੱਥ ਪਰੇ ਕਰਕੇ ਗੱਲ ਕਰ। ਇਹ ਬਦਮਾਸ਼ੀ ਬਦਮੂਸੀ ਕਿਸੇ ਹੋਰ ਨੂੰ ਦਿਖਾਉਣਾ? ਗਾਂਧੀ ਨੂੰ ਜਾਣਦੇ ਹੋ? ਗਾਂਧੀ ਨੂੰ? ਹਾਂਜੀ ਬਾਈ, ਜਾਣਦੇ ਆ। ਹਾਂ, ਭਰਾ ਲੱਗਦਾ ਹੀ ਆਪਣਾ। ਓ ਅੱਛਾ ਅੱਛਾ ਅੱਛਾ, ਵੇਹ ਲੈ ਲਿਆ। ਬਾ ਬਾਈ ਜੀ, ਇੱਕ ਬੇਨਤੀ ਹੈ ਜੀ, ਹੱਥ ਜੋੜ ਕੇ ਬਾਈ, ਗਾਂਧੀ ਬਾਈ ਨੂੰ ਨਾ ਦੱਸਿਓ। ਓਏ ਮਾਫੀ ਮੰਗੋ ਬਾਈ ਤੋਂ। ਹੁਣ ਆਏ ਨਾ ਲਾਈਨ ਤੇ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ। ਮੈਂ ਤਾਂ ਹੈਰਾਨ ਆ, ਤੁਹਾਡੇ ਤੋਂ ਕਿਵੇਂ ਡਰ ਗਏ? ਤੈਨੂੰ ਕੀ ਲੱਗਦਾ, ਜੇ ਤੂੰ ਨੀ ਡਰਦੀ ਤਾਂ ਕੋਈ ਨੀ ਡਰਦਾ? ਓਏ ਸਾਡਾ ਨਾਂ ਚੱਲਦਾ ਹੀ, ਬੈਠ ਸਕੂਟਰ ਤੇ। ਓਹੋ, ਕੀ ਗੱਲ ਹੋ ਗਈ? ਸੱਟ ਸੁੱਟ ਤਾਂ ਨੀ ਲੱਗੀ? ਓਏ ਹੋਇਆ ਕੀ ਸੀ? ਉਹ ਹੋਣਾ ਕੀ ਹੈ ਜਨਾਬ, ਇੱਕ ਤੇ ਮੇਰੀ ਗੱਡੀ ਬੰਨਤੀ। ਅੱਛਾ, ਉਤੋਂ ਇੰਨੀ ਸੋਹਣੀ ਨੱਡੀ ਬੰਨਤੀ ਤੇ ਉਤੋਂ ਅੱਖਾਂ ਪਏ ਕਰਦੇ ਆ। ਕੋਈ ਨੀ, ਦੇਖਦਾ ਮੈਂ ਇਹਨਾਂ ਨੂੰ। ਤੂੰ ਬੈਠ ਭਗਵਾਨੇ। ਹੈਲੋ, ਹਾਂ ਸਵੇਰੇ ਸਵੇਰੇ ਕਿੱਥੋਂ ਦਾਰੂ ਪੀ ਕੇ ਆਏ ਹੋ? ਐਕਸੀਡੈਂਟ ਕਰਕੇ ਭੱਜਦੇ ਹੋ? ਕਾਗਜ਼ ਕੱਢੋ ਕਾਗਜ਼। ਜਨਾਬ ਸਾਡੀ ਕੋਈ ਗਲਤੀ ਨੀ, ਉਹੀ ਪੁੱਠੇ ਪਾਸਿਓਂ ਆ ਕੇ ਵਿੱਚ ਵੱਜਿਆ। ਸਾਲਿਆ ਮੈਂ ਤੇਰੇ ਪੁੱਠੇ ਹੱਥ ਦੀ ਮਾਰਨੀ ਆ, ਕਿਹਾ ਨਾ ਕਾਗਜ਼ ਕੱਢ, ਸਾਲਾ ਨਾ ਹੋਵੇ ਤਾਂ ਹੋਰ ਹੀ ਗੱਲਾਂ ਕਰਦਾ। ਓ ਬਾਈ ਜੀ, ਬਾਈ ਜੀ, ਬਾਈ ਜੀ। ਕੀ ਬਾਈ ਜੀ? ਗਾਲ ਨਾ ਕੱਢ ਸਾਲਿਆ, ਤੇਰੀ ਭੈਣ ਤੇਰੀ ਵੱਡੇ ਦੀ ਬਸ ਨਾ, ਗਾਲ ਨਾ ਕੱਢ। ਓਸੇ ਤਾਂ ਹੁਣ ਕੱਢ ਗਾ। ਓਏ ਫੜ ਲੈ ਫੜ ਲੈ। ਅੱਜ ਤੋਂ ਬਾਅਦ ਤਾਂ ਨੀ ਬਾਈ ਉਹ ਪੁਲਿਸ ਵਾਲੇ ਕਿਸੇ ਨਾਲ ਪੰਗਾ ਲੈਂਦੇ। ਹੈਂ, ਉਹ ਲੈ ਕੇ ਤਾਂ ਦੇਖਣ ਪੰਗਾ, ਸਾਲੀ ਗੋਲੀ ਨਾ ਲੰਘਾ ਤੂੰ ਵਿੱਚ ਦੀ। ਕਿਹੜੀ ਗੋਲੀ? ਓਏ ਜ਼ੁਕਾਮ ਵਾਲੀ। ਓਏ ਤੂੰ ਜਾਣਦਾ ਨੀ ਭੋਲੇ ਜੱਟ ਨੂੰ। ਖੜ ਜਾ, ਖੜ ਜਾ। ਟੈਂਟੜ। ਓਏ ਆ ਕਿੱਥੋਂ ਲਿਆਂਦਾ? ਓਏ ਬਾਈ, ਇਸ ਆਈ ਨਾਲ ਲੜਾਈ ਨਹੀਂ ਸੀ ਬਾਈ, ਉਹਦਾ ਡਿੱਗਿਆ ਮੈਂ ਚੱਕ ਲਿਆ। ਉਹ ਭੋਲੇ ਆ ਕੀ ਨਵਾਂ ਪੰਗਾ ਲੈ ਲਿਆ ਤੂੰ? ਤੂੰ ਜਾਣਦਾ ਕਿੱਡੇ ਵੱਡੇ ਕੇਸ 'ਚ ਫਸ ਸਕਦਾ ਤੂੰ? ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਤਾਂ ਤੁਹਾਡੀ ਜ਼ਮਾਨਤ ਵੀ ਨਹੀਂ ਹੋਣੀ। ਭੋਲਾ ਤਾਂ ਗਿਆ ਅੰਦਰ। ਹੈਂ, ਉਹ ਚਲੋ ਜੋ ਹੋਣਾ ਸੀ ਹੋ ਗਿਆ। ਹੁਣ ਐਂ ਕਰੋ, ਸਾਰੇ ਜਣੇ 10-12 ਦਿਨ ਲਈ ਉਰਾਂ ਪਰਾਂ ਹੋ ਜਾਓ, ਜਦ ਤੱਕ ਗੱਲ ਠੰਡੀ ਨਹੀਂ ਪੈਂਦੀ। ਹਾਂਜੀ ਸੀ ਯਾਰ ਬਾਈ। ਗਾਂਧੀ, ਉਹ ਜਿਹੜੀ ਪੁਲਿਸ ਕੁੱਟੀ ਸੀ ਨਾ ਤੁਸੀਂ, ਉਸ ਚੱਕਰ 'ਚ ਆਪਣੇ ਸਾਰੇ ਬੰਦੇ ਚੱਕੇ ਗਏ। ਐਂ ਕਿਵੇਂ ਚੱਕੇ ਗਏ ਬਾਈ? ਨਾਲੇ ਮੈਂ ਕਿਹਾ ਸੀ ਵੀ 10-12 ਦਿਨ ਉਰਾਂ ਪਰਾਂ ਰਿਹੋ, ਮੈਂ ਤਾਂ ਆਪ ਆ ਕੇ ਮੋਟਰ 'ਤੇ ਸੁਣਨਾ। ਤੂੰ ਐਂ ਕਰ, ਤੂੰ MLA ਨਾਲ ਗੱਲ ਕਰ। ਨਾ ਨਾ ਬਾਈ, MLA ਨਾਲ ਨਹੀਂ ਗੱਲ ਬਣਨੀ, ਉਹਨੇ ਥਾਣੇਦਾਰ ਵਾਲੇ ਕੇਸ 'ਚ ਕਿਹੜਾ ਆਪਣੀ ਮਦਦ ਕੀਤੀ ਆ। ਮੈਂ ਕਰਦਾ ਵੀ ਮੈਂ ਮੰਤਰੀ ਨਾਲ ਗੱਲ ਕਰਕੇ ਦੇਖਦਾ। ਠੀਕ ਆ। ਉਹ ਕਾਕਾ ਜੀ, ਤੁਸੀਂ ਪੁਲਿਸ ਨੂੰ ਹੱਥ ਪਾਇਆ? ਕੋਈ ਦੁੱਕੀ ਦਾ ਨਜਾਇਜ਼ ਨਹੀਂ ਕੁੱਟਿਆ? ਸਾਰੇ ਪੰਜਾਬ 'ਚ ਪੁਲਿਸ ਦੀ ਥੂ ਥੂ ਹੋਈ ਪਈ ਆ। ਹੁਣ ਫਿਰ ਪੁਲਿਸ ਨੇ ਵੀ ਤਾਂ ਕੋਈ ਖਾਨਾ ਪੂਰਤੀ ਕਰਨੀ ਹੋਈ। ਦੇਖ ਬਈ, ਇਸ ਕੇਸ 'ਚੋਂ ਛੁਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਖਾਲਾ ਜੀ ਦਾ ਵਾੜਾ ਤਾਂ ਅੱਧੇ ਪੰਜਾਬ ਦੇ ਕਾਲਜਾਂ ਦੀਆਂ ਪ੍ਰਧਾਨਗੀਆਂ ਲੈਣਾ ਵੀ ਨਹੀਂ ਸੀ ਮੰਤਰੀ ਸਾਹਿਬ। ਰਹੀ ਗੱਲ ਪੁਲਿਸ ਦੀ, ਉਹਨੇ ਗਾਲ ਕੱਢੀ ਸੀ, ਉਹਨੂੰ ਸੁਧਾਰਨਾ ਜ਼ਰੂਰੀ ਸੀ। ਤੂੰ ਸਾਰਿਆਂ ਨੂੰ ਸੁਧਾਰਨ ਦਾ ਠੇਕਾ ਲਿਆ? ਪਹਿਲਾਂ ਤੈਨੂੰ ਥਾਣੇਦਾਰ ਵਾਲੇ ਕੇਸ 'ਚ ਮੈਂ ਤੱਤੀ ਵਾਹ ਨਹੀਂ ਲੱਗਣ ਦਿੱਤੀ। ਜਾਣਦਾ ਉਹ ਕੌਣ ਸੀ? ਉਹ MLA ਦਾ ਖਾਸ ਬੰਦਾ ਸੀ। ਹੁਣ ਤੁਸੀਂ ਦੁਬਾਰਾ ਫਿਰ ਉਹੀ ਚੰਦ ਚਾੜਦਾ। ਦੇਖੋ ਗਾਂਧੀ, ਮੈਂ ਤਾਂ ਇੰਨਾ ਹੀ ਕਰ ਸਕਦਾ ਵੀ ਇਸ ਵਾਰ ਪੁਲਿਸ ਤੈਨੂੰ ਕੁਛ ਨਹੀਂ ਕਹੂ। ਤੇ ਮੇਰੇ ਯਾਰ, ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ, ਨਾਲੇ ਫਿਰ ਪੁਲਿਸ ਨੇ ਵੀ ਤਾਂ ਆਪਣਾ ਗੁੱਸਾ ਕੱਢਣਾ ਹੀ ਹੈ। ਮਸਲਾ DGP ਤੱਕ ਪਹੁੰਚ ਚੁੱਕਾ, 4 ਦਿਨ ਰਹਿ ਲੈਣ ਦੇ ਉਹਨਾਂ ਨੂੰ ਅੰਦਰ। ਠੀਕ ਆ ਮੰਤਰੀ ਸਾਹਿਬ, ਫਿਰ ਮੈਂ ਵੀ ਉਹਨਾਂ ਕੋਲ 4 ਦਿਨ ਲਾ ਹੀ ਆਉਣਾ। ਯਾਰ ਨੇ ਉਹ ਮੇਰੇ, ਉਹਨਾਂ ਯਾਰਾਂ ਦੇ ਸਿਰ 'ਤੇ ਹੀ ਇਹ ਗਾਂਧੀ ਗਾਂਧੀ ਆ। ਵਹਿਮ ਹੈ ਤੇਰਾ, ਗਾਂਧੀ ਗਾਂਧੀ ਮੇਰੇ ਕਰਕੇ ਹੈ। ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ, ਤਾਂ ਫਿਰ ਕਿਹੜਾ ਗਾਂਧੀ? ਫਿਰ ਤੁਸੀਂ ਇਹ ਹੱਥ ਚੱਕ ਹੀ ਲਓ ਜੀ। ਜੇ ਗਾਂਧੀ ਦਾ ਕੋਈ ਰੁਤਬਾ ਸੀ ਤਾਂ ਹੀ ਤੁਸੀਂ ਬੁਲਾਇਆ ਸੀ।
ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾਂ ਹੀ ਹੋਊਗਾ। ਸਤਿ ਸ੍ਰੀ ਅਕਾਲ। ਇੱਕ ਤਾਰਾ ਟੁੱਟਣ ਵਾਲਾ ਸਮਾਜ ਨੂੰ ਕੋਈ ਫਰਕ ਨਹੀਂ ਪੈਂਦਾ ਗਾਂਧੀ, ਉਹ ਤੇਰੀ ਥਾਂ ਤਾਂ ਕੋਈ ਹੋਰ ਆਜੂ ਬਥੇਰੇ ਫਿਰਦੇ ਆ। खिच के रख दी लिया दूजे नू पाओ लम्मा, चल छेती कर छेती। बजदा हुण कि दोबारा लमाना नंबर। बैठा था ता जे बैठन जोगा ऐ होवा ऐ राखे नु खिच के माड़ा जा। आयो की समझ रखा पुलिस नु तुसी? लो दूजे नु पाओ, दूजे नु लेके आओ। वैसे पुलिस वालों का हिसाब पक्का, सब नु मंडवा प्रसाद मिलता है। ओए मार मार चलती सालियां दी, फिर वे किवें दंद कढ़दे साले ढीठ ना होण तां। जिन्ना चिर मैनू गांधी दा पता नहीं ना तां ते मैं छड्डना नहीं। गांधी चाहिदा मैनू गांधी। ले आ गया गांधी। ओए इन्हां नू पेश कर दी तैयारी करो। जी जनाब। ਸਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਹੋਵੇ, ਥੋੜ੍ਹੇ ਨਜ਼ਾਰੇ ਹੀ ਲਿਆਉਂਦੇ ਪਏ ਨੇ। ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ, ਸਾਡੇ ਨਾਲ ਹੀ ਜੇਲ੍ਹ 'ਚ ਆ ਗਏ। ਸਾਲੇ ਉਹ ਅੱਡਾਂ 'ਚ ਤਾਂ ਬੈਠੇ ਪਏ ਹੋ ਜਿੱਥੇ ਮੇਰੇ ਯਾਰ ਉੱਥੇ ਮੈਂ। ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ, ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ? ਮੇਰੇ ਮੂੰਹ 'ਚੋਂ ਨਿਕਲ ਗਿਆ ਸੀ। ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ? ਉਹ ਮੈਂ ਐਸ ਆਈ ਦਾ ਪਿਸਤੌਲ ਮੋੜਨ ਥਾਣੇ ਗਿਆ, ਉਹਨਾਂ ਨੇ ਮੈਨੂੰ ਹੀ ਰੱਖ ਲਿਆ। ਓਏ ਹੁਣ ਇੱਥੋਂ ਕਿਵੇਂ ਨਿਕਲੀਏ? ਜੇ ਪਿੰਡਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਿਗਿਆੜ। ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ। ਚਲੋ ਬਈ ਮੁੰਡਿਓ, ਜ਼ਮਾਨਤ ਹੋ ਗਈ ਤੁਹਾਡੀ। ਹੋਰ ਗਾਂਧੀ ਮੁੰਡੇ ਤਕੜੇ ਨੇ ਸਾਰੇ? ਠੀਕ ਨੇ ਬਾਈ। ਯਾਰ ਮੈਨੂੰ ਮਾਫ਼ ਕਰੀ, ਥੋੜ੍ਹੀ ਦੇਰ ਹੋ ਗਈ ਜ਼ਮਾਨਤ ਕਰਾਉਣ 'ਚ। ਬਾਈ ਤੁਹਾਡਾ ਸਾਡੇ ਲਈ ਇੰਨਾ ਕੁਝ, ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਤੂੰ ਮੇਰੇ ਨਾਲ ਗੱਡੀ 'ਚ ਬੈਠ, ਤੇਰੇ ਨਾਲ ਗੱਲ ਕਰਨੀ ਆ ਜ਼ਰੂਰੀ। ਇਹ ਉਹੀ ਪ੍ਰਧਾਨ ਨੇ ਜਿਹੜਾ ਮੰਤਰੀ ਦਾ ਦੁਸ਼ਮਣ ਹੈ? ਦੁਸ਼ਮਣ ਮੰਤਰੀ ਦਾ, ਆਪਣਾ ਤਾਂ ਦੋਸਤ ਹੈ ਜਿਹੜਾ ਮੌਕੇ 'ਤੇ ਕੰਮ ਆ ਗਿਆ। ਗਾਂਧੀ ਤੂੰ ਚੰਗਾ ਮੁੰਡਾ, ਤੂੰ ਕਿਉਂ ਇਹੋ ਜਿਹੇ ਬੰਦੇ ਨਾਲ ਮਲਾਜੇਦਾਰੀ ਪਾਈ? ਉਹ ਜਦੋਂ ਉਹਨੂੰ ਆਪਣੀ ਕੁਰਸੀ ਦਾ ਖਤਰਾ ਹੁੰਦਾ ਨਾ ਤਾਂ ਉਹ ਆਪਣਾ ਪੱਲਾ ਖਿੱਚ ਲੈਂਦਾ। ਗਾਂਧੀ ਤੋਂ ਪੱਲਾ ਛੁਡਾਉਣਾ ਇੰਨਾ ਆਸਾਨ ਕੰਮ ਨਹੀਂ, ਕਦੇ ਤਾਂ ਉਝਾੜ ਥੱਲੇ। ਤਾਂ ਸਮਝ ਲੈ ਆ ਗਿਆ ਝਾੜ ਥੱਲੇ। ਕੱਲ੍ਹ ਨੂੰ ਯੁਵਾ ਰੈਲੀ ਆ ਬਹੁਤ ਵੱਡੀ, ਅਤੇ ਉੱਥੇ ਸ਼ੇਰ ਸਿੰਘ ਵੀ ਆਊਗਾ, ਅਤੇ ਉਹੀ ਆਪਣਾ ਘਸਿਆ ਪਿਟਿਆ ਝੂਠਾ ਮੂਠਾ ਭਾਸ਼ਣ ਦਿਓ। ਤੂੰ ਸਮਝ ਰਿਹਾ ਨਾ ਮੈਂ ਕੀ ਕਹਿਣਾ ਚਾਹੁੰਦਾ? ਸੋ ਮੇਰੇ ਵੀਰੋ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਪੰਡਾਲ ਵਿੱਚ ਸਾਰੀ ਹੀ ਦੂਰੋਂ ਨੇੜੋਂ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਸਾਡੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਮੰਚ 'ਤੇ ਬੁਲਾ ਰਿਹਾ ਉਹ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਬੜੀ ਮਿਹਨਤ ਕਰਕੇ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ ਹੈ। ਹੁਣ ਮੈਂ ਸੱਦਾ ਦੇਣਾ ਚਾਹੁੰਦਾ ਮਾਣਯੋਗ ਮੰਤਰੀ ਸ਼ੇਰ ਸਿੰਘ ਜੀ ਨੂੰ, ਉਹ ਮੰਚ 'ਤੇ ਆਉਣ ਅਤੇ ਇਨਾਮ ਵੰਡ ਸਮਾਰੋਹ ਸ਼ੁਰੂ ਕਰਨ। ਇਨਾਮ ਲੈਣ ਲਈ ਹਰਪ੍ਰੀਤ ਸਿੰਘ ਅਵੀ ਮੰਚ 'ਤੇ ਆਉਣ। ਆਓ ਜੀ ਮੰਤਰੀ ਜੀ। ਮੰਤਰੀ
ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਗੱਲ ਹੱਕ ਦੀ ਕਰਾਂਗੇ ਗੱਲ ਸੱਚ ਦੀ ਕਰਾਂਗੇ ਗੱਲ ਹੱਕ ਦੀ ਕਰਾਂਗੇ ਗੱਲ ਸੱਚ ਦੀ ਕਰਾਂਗੇ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਕਿਹਾ ਸੀ ਨਾ ਕਿ ਜਦ ਤੱਕ ਮੇਰਾ ਇਹ ਹੱਥ ਤੇਰੇ ਸਿਰ ਤੇ ਹੈ ਨਾ ਉਦੋਂ ਤੱਕ ਹੀ ਗਾਂਧੀ ਗਾਂਧੀ ਹੈ ਵੇਖ ਲਈ ਆਪਣੀ ਔਕਾਤ ਆਪਣੇ ਆਸੇ ਪਾਸੇ ਨਿਗਾਹ ਮਾਰ ਮੰਤਰੀ ਤੇਰੇ ਕਿੰਨੇ ਕੁੰਡੇ ਬਿਨਾਂ ਅੱਖ ਚੱਕੇ ਮੇਰੇ ਪੈਰੇ ਤੇ ਖੜੇ ਤੇ ਤੂੰ ਆਪਣੀ ਲਾਲ ਬੱਤੀ ਵਾਲੀ ਗੱਡੀ 'ਚ ਚੜ ਕੇ ਅੱਧੀ ਰਾਤ ਨੂੰ ਇੱਥੇ ਭੱਜਿਆ ਹੈ ਇਹ ਗਾਂਧੀ ਦੀ ਔਕਾਤ ਹੀ ਹੈ ਬਾਲਾ ਬੋਲਦੇ ਸਰ ਜੀ ਜੇ ਹੁਕਮ ਹੋਵੇ ਤਾਂ ਹੁਣੇ ਕੰਮ ਨਿਬੇੜਦੇ ਇਹਦਾ ਓਏ ਮਾਰੇ ਹੋਏ ਨੂੰ ਤੂੰ ਕੀ ਮਾਰੇਗਾ ਪਤਾ ਨਹੀਂ ਇਹਦੇ 'ਚ ਦੋ ਚਾਰ ਸਾਹ ਬਾਕੀ ਹੈਗੇ ਵੀ ਕਿ ਨਹੀਂ ਬੋਲਣ ਦੇ ਵੈਸੇ ਵੀ ਇਹਨੂੰ ਬੋਲਣ ਦਾ ਬਹੁਤ ਸ਼ੌਕ ਹੈ ਹੁਣ ਮੈਂ ਬੋਲੂੰਗਾ ਇਹ ਕੀ ਕਰ ਰਿਹਾ ਤੂੰ ਆਪਣੀ ਔਕਾਤ ਨਾ ਭੁੱਲ ਵਰਤ ਕੇ ਭੁੱਲ ਜਾਣ ਦੀ ਆਦਤ ਤੁਹਾਡੀ ਆ ਮੈਂ ਤਾਂ ਯਾਦ ਕਰਾਉਣਾ ਆ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰੁਪਿੰਦਰ ਗਾਂਧੀ ਖੰਨੇ ਵਾਲਾ ਯਾਰ ਬੋਲ ਉਹ ਯਾਰ ਬੋਲ ਲੈਣ ਦਿਓ ਯਾਰ ਵੀਰੇ ਬੋਲ ਲੈਣ ਦਿਓ ਇੱਕ ਮਿੰਟ ਬਈਆ ਜਿਵੇਂ ਆ ਨੇਤਾ ਬੋਲਦੇ ਨੇ ਐਵੇਂ ਨਹੀਂ ਬੋਲਣਾ ਆਉਂਦਾ ਮੈਨੂੰ ਮੈਂ ਜੋ ਵੀ ਬੋਲੂੰਗਾ ਦਿਲ ਤੋਂ ਬੋਲੂੰਗਾ ਆਪਣੇ ਆ ਨੇਤਾ ਜੀ ਆਪਣੇ ਆ ਮੰਤਰੀ ਜਿੰਨੇ ਬੈਠੇ ਨੇ ਇੱਥੇ ਅੱਜ ਆ ਤੁਹਾਡੀ ਸਾਰਿਆਂ ਦੀ ਭੀੜ ਦੇਖ ਕੇ ਖੁਸ਼ ਬਹੁਤ ਹੁੰਦੇ ਹੋਣਗੇ ਇਹਨਾਂ ਨੂੰ ਪਤਾ ਕੀ ਲੱਗਦਾ ਇਹਨਾਂ ਲਈ ਤੁਸੀਂ ਮੈਂ ਸਾਰੇ ਮੰਡੀਰਾ ਭੀੜ ਵਧਾਉਣ ਵਾਲੀ ਬਸ ਹੋਰ ਕੁਛ ਨਹੀਂ ਵੀਰੋ ਇਹ ਨੇਤਾ ਲੋਕ ਸਾਡੇ ਵਰਗੇ ਸਟੂਡੈਂਟਸ ਨੂੰ 100-200 ਰੁਪਏ ਦੀ ਬੋਤਲ ਅਫੀਮ ਦੀ ਗੋਲੀ ਉਹਨਾਂ ਦੇ ਸਿਰ ਦੇ ਉੱਤੇ ਬੱਸਾਂ 'ਚ ਲਿਆਉਂਦੇ ਨੇ ਤੁੰਨ ਤੁੰਨ ਕੇ ਭਰ ਭਰ ਕੇ ਇਹਨਾਂ ਨੂੰ ਲੱਗਦਾ ਕਿ ਸਾਡੀ ਕੋਈ ਔਕਾਤ ਨਹੀਂ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਇਹ ਜੋ ਕੁਛ ਵੀ ਨੇ ਤੁਹਾਡੇ ਕਰਕੇ ਨੇ ਪਰਨੇ ਵਾਲੇ ਵੀਰ ਤੇਰੇ 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 ਕਰਕੇ ਨੇ ਇਹ ਜੋ ਕੁਛ ਵੀ ਨੇ ਸਾਡੇ ਸਟੂਡੈਂਟਸ ਕਰਕੇ ਨੇ ਇਹ ਜੋ ਕੁਛ ਵੀ ਨੇ ਰੁਪਿੰਦਰ ਗਾਂਧੀ ਕਰਕੇ ਨੇ ਗਾਂਧੀ ਬਾਈ ਜਿੰਦਾਬਾਦ ਗਾਂਧੀ ਬਾਈ ਜਿੰਦਾਬਾਦ ਗਾਂਧੀ ਬਾਈ ਜਿੰਦਾਬਾਦ ਗਾਂਧੀ ਬਾਈ ਜਿੰਦਾਬਾਦ ਗਾਂਧੀ ਬਾਈ ਖੜ ਜਾਓ ਸ਼ਾਂਤੀ ਰੱਖੋ ਖੜ ਜਾਓ ਇੱਕ ਮਿੰਟ ਵੀਰੋ ਇਹ ਨੇਤਾ ਲੋਕ ਨੌਜਵਾਨਾਂ ਨੂੰ ਪੁੱਠੇ ਸਿੱਧੇ ਕੰਮਾਂ 'ਚ ਵਰਤ ਕੇ ਉਹਨਾਂ ਦੇ ਪਿੱਛੇ ਜੋੜ ਦਿੰਦੇ ਨੇ ਗੁੰਡਾ ਗੈਂਗਸਟਰ ਜੇ ਤਾਂ ਇਹਨਾਂ ਦੇ ਕਹੇ ਮੁਤਾਬਕ ਚੱਲਦੇ ਰਹੋ ਤਾਂ ਠੀਕ ਨਹੀਂ ਤਾਂ ਪਰਚੇ ਪਵਾ ਦਿੰਦੇ ਨੇ ਲੱਤਾਂ ਤੜਵਾ ਦਿੰਦੇ ਨੇ ਜਾਂ ਫਿਰ ਮਰਵਾ ਹੀ ਦਿੰਦੇ ਨੇ ਪਰ ਇਹ ਰੁਪਿੰਦਰ ਗਾਂਧੀ ਕੋਈ ਗੁੰਡਾ ਜਾਂ ਗੈਂਗਸਟਰ ਨਹੀਂ ਹੈ ਇੱਕ ਆਵਾਜ਼ ਹੈ ਅੱਜ ਮੈਂ ਇਸ ਸਟੇਜ 'ਤੇ ਖੜਾ ਹੋ ਕੇ ਇੱਕ ਆਵਾਜ਼ ਦਿੰਦਾ ਕਿ ਹੁਣ ਅਸੀਂ ਆਹ ਰੈਲੀ ਵਾਲੀਆਂ ਕੁਰਸੀਆਂ ਨਹੀਂ ਭਰਨੀਆਂ ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ 'ਤੇ ਜੇ ਲੋੜ ਪਈ ਤਾਂ ਬੈਠਾਂਗੇ
MLA ਦੀ ਕੁਰਸੀ ਤੇ। ਗਾਂਧੀ ਬਾਈ ਸਾਡੀ ਕੁਰਸੀ ਤੇ ਬੈਠੇਗਾ। ਸਿਰ ਤਾਂ ਨਹੀਂ ਫਿਰ ਗਿਆ ਤੇਰਾ? ਸਿਰ ਫਿਰੇ ਇਤਿਹਾਸ ਬਣਾਉਂਦੇ ਨੇ ਮੰਤਰੀ ਸਾਹਿਬ। ਸਰਪੰਚ ਬਣਨ ਦੀ ਔਕਾਤ ਨਹੀਂ ਤੇਰੇ, ਮੰਤਰੀ ਬਣੇਗਾ। ਚਲੋ ਫਿਰ ਪਹਿਲਾਂ ਤੁਹਾਡੀ ਆਹੀ ਖੁਆਇਸ਼ ਪੂਰੀ ਕਰਦਾ। ਸਰਬੱਤ ਨਗਰ ਨਿਵਾਸੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਭਾਈ ਸਰਦਾਰ ਰੁਪਿੰਦਰ ਸਿੰਘ ਨੂੰ ਪਿੰਡ ਰਸੂਲੜੇ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਸੰਮਤੀ ਨਾਲ ਸਰਪੰਚ ਬਣਿਆ ਉਹ, ਪੂਰੇ ਇਲਾਕੇ 'ਚ ਗਾਂਧੀ ਗਾਂਧੀ ਹੋਈ ਪਈ ਆ। ਤੁਹਾਡੀ ਕੁਰਸੀ ਵੀ ਮੈਨੂੰ ਤਾਂ ਖਤਰੇ 'ਚ ਹੀ ਲੱਗਦੀ ਆ। ਗਾਂਧੀ ਦਾ ਕਰੋ ਕੁਝ। ਇੱਥੇ ਸਭ ਠੀਕ ਨੇ, ਮੈਂ ਕਰਾਉਂਦੀ ਹਾਂ ਰੁਪਿੰਦਰ ਨਾਲ ਗੱਲ। ਆ ਰੁਪਿੰਦਰ ਮਿੰਦੀ ਦਾ ਫੋਨ ਆ, ਗੱਲ ਕਰੀ। ਆ ਪਾਂਡੇ ਲੈ ਜਾ। ਲੈ ਜਾਓ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਹੈ? ਉਹ ਵੀਰ ਤੁਸੀਂ ਵੀ ਨਾ ਬਸ। ਦੇਖ ਰੁਪਿੰਦਰ, ਸਰਪੰਚੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ। ਆਪਣੀ ਪੂਰੀ ਵਾਹ ਲਾ ਦੀ, ਨਾਲੇ ਹੁਣ ਤਾਂ ਪੰਜਾਬ ਆਉਣਾ ਹੀ ਪੈਣਾ ਆਪਣੇ ਵੀਰ ਦੀ ਸਰਪੰਚੀ ਵੇਖਣ। ਉਹ ਵੀਰੇ ਤੁਸੀਂ ਆਉਣ ਵਾਲੇ ਤਾਂ ਬਣੋ, ਸਾਰਾ ਪੰਜਾਬ ਖੜਾ ਕਰ ਦੂੰ ਤੁਹਾਡੇ ਸਵਾਗਤ 'ਚ। ਚੰਗਾ ਰੁਪਿੰਦਰ, ਹੁਣ ਮੈਂ ਕੰਮ ਤੋਂ ਆਇਆ ਅਤੇ ਜਿਮ ਚੱਲਿਆ। ਚੰਗਾ ਵੀਰੇ, ਸਤਿ ਸ਼੍ਰੀ ਅਕਾਲ। ਸਰਪੰਚ ਸਾਹਿਬ ਆ ਜਾਓ ਬਜ਼ੁਰਗੋ, ਆ ਜਾਓ ਨੰਗੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਆ ਜਾਓ ਬੈਠੋ ਬੈਠੋ। ਸਤਿ ਸ਼੍ਰੀ ਅਕਾਲ। ਹਾਂਜੀ ਦੱਸੋ ਬਜ਼ੁਰਗੋ। ਸੁੱਚਾ ਸਿੰਘ ਹੈ ਪੁੱਤਰ ਮੇਰਾ ਨਾਂ, ਪਮਾਲੀ ਪਿੰਡ ਦਾ ਰਹਿਣ ਵਾਲਾ, ਅਤੇ ਇਹ ਮੇਰੀ ਧੀ ਰਾਮਪੁਰ ਵਿਆਹੀ ਸੀ। 6 ਮਹੀਨੇ ਪਹਿਲਾਂ ਇੱਕ ਐਕਸੀਡੈਂਟ 'ਚ ਮੇਰੇ ਜੁਆਈ ਦੀ ਮੌਤ ਹੋ ਗਈ। ਪੁੱਤ 10 ਕਿੱਲੇ ਜ਼ਮੀਨ ਸੀ ਉਹਦੇ ਨਾਲ। ਹੁਣ ਇਹਦਾ ਸਹੁਰਾ ਪਰਿਵਾਰ ਨਾ ਤਾਂ ਇਹਨੂੰ ਰੱਖਦਾ ਨਾ ਇਹਦਾ ਹੱਕ ਦਿੰਦਾ। ਫਿਰ ਤੁਸੀਂ ਪੰਚਾਇਤ ਲੈ ਕੇ ਜਾਣੀ ਸੀ ਉਹਨਾਂ ਦੇ ਪਿੰਡ? ਸਾਰੇ ਹਿੱਲੇ ਵਰਤਲੇ ਪੁੱਤਰਾ, ਰਿਸ਼ਤਾ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਉਹ ਪਰਿਵਾਰ ਵੈਲੀਆਂ ਦਾ ਪਰਿਵਾਰ ਕਹਾਉਂਦਾ। ਪੁੱਤ ਤੁਹਾਡਾ ਨਾਂ ਬਹੁਤ ਸੁਣਿਆ ਕਿ ਤੁਸੀਂ ਹਰ ਮਜ਼ਰੂ ਦੇ ਨਾਲ ਖੜੇ ਹੁੰਦੇ ਹੋ। ਵੀਰ, ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ਮੈਨੂੰ ਤੇ ਆਪਣੇ ਇਸ ਮੁੰਡੇ ਦਾ ਹੱਕ ਚਾਹੀਦਾ। ਨਾਲੇ ਮੈਂ ਤਾਂ ਉਸ ਘਰ 'ਚ ਰਹਿ ਲੈਂਦੀ, ਪਰ ਉੱਥੇ ਮੇਰਾ ਸਹੁਰਾ ਤੇ ਮੇਰਾ ਜੇਠ ਉਹ ਮੇਰੇ ਤੇ ਠੀਕ ਹੈ ਬਜ਼ੁਰਗੋ, ਤੁਸੀਂ ਉਹਨਾਂ ਨੂੰ ਦੁਬਾਰਾ ਸੁਨੇਹਾ ਭੇਜੋ ਪੰਚਾਇਤ ਬੁਲਾਉਣ ਦਾ। ਇਸ ਵਾਰ ਤੁਹਾਡੇ ਨਾਲ ਮੈਂ ਚੱਲੂ। ਲਓ ਆ ਗਏ ਬਾਈ ਸੁੱਚਾ ਸਿੰਘ ਹੋਰੀ ਵੀ। ਹੁਣ ਪਹਿਲਾਂ ਆਪਾਂ ਨੂੰ ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਆ। ਉਹ ਗੱਲ ਗੁੱਲ ਕੀ ਸੁਣਨੀ ਆ ਸਰਪੰਚ ਸਾਹਿਬ, ਕੁੱਤੇ ਦੀ ਪੂੰਛ ਕਦੇ ਸਿੱਧੀ ਹੋਈ ਆ? ਓਏ ਗੱਲ ਸੁਣੋ ਸੁੱਚਾ ਸਿਆਂ, ਵਾਰ ਵਾਰ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆ ਜਾਂਦਾ। ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਨਾ ਕਿ ਮੈਂ ਕੋਈ ਜ਼ਮੀਨ ਜ਼ਮੂਨ ਨਹੀਂ ਦੇਣੀ। ਸਰਦਾਰ ਜੀ, ਮੈਂ ਆਪਣੀ ਧੀ ਲਈ ਤਾਂ ਮੰਗਦਾ ਨਹੀਂ, ਮੈਂ ਤਾਂ ਬਸ ਆਹ ਬੱਚੇ ਲਈ ਮੰਗਦਾ, ਇਹ ਤੁਹਾਡਾ ਵੀ ਤਾਂ ਖੂਨ ਹੈ। ਜੇ ਜਵਾਕ ਦਾ ਇੰਨਾ ਹੀ ਫਿਕਰ ਹੈ ਮਸੜਾ, ਤਾਂ ਦੇ ਦੇ ਹਿੱਸਾ ਆਪਣੇ ਘਰ ਬਾਰ 'ਚੋਂ, ਤੇਰਾ ਵੀ ਤਾਂ ਦੋਤਾ ਹੀ ਹੈ।
ਉਹ ਪੁੱਤਰਾ ਮੈਂ ਤਾਂ ਸਭ ਕੁਝ ਵਿਆਹ ਤੇ ਲਈ ਬੈਠਾ। ਦੇਖੋ ਮਾਸੜਾ ਐਦਾ ਇੱਕੋ ਹੀ ਹੱਲ ਹੈ, ਜਵਾਕ ਸਾਂਭਲਾ ਤੂੰ ਤੇ ਤੇਰੀ ਧੀ ਨੂੰ ਮੈਂ ਯਾਨੀ ਅਸੀਂ ਸਾਂਭਲਾਂਗੇ। ਵੈਸੇ ਵੀ ਤਾਂ ਸਾਡੀ ਭਾਬੀ ਹੈ। ਉਹ ਰੱਬ ਦਾ ਵਾਸਤਾ ਇੰਨਾ ਬੰਦਾ ਨਾ ਬੋਲੋ। ਇੱਕ ਮਿੰਟ ਬਜ਼ੁਰਗੋ ਇੱਕ ਮਿੰਟ, ਇਹ ਲੱਤਾਂ ਦੇ ਭੂਤ ਨੇ ਗੱਲਾਂ ਨਾਲ ਨਹੀਂ ਮੰਨਣੇ। ਉਹ ਤੂੰ ਹੈ ਕੌਣ? ਮੈਂ ਆ ਫੋਟੋ 'ਚ ਜਿਹੜੇ ਮੰਤਰੀ ਦੇ ਬਾਡੀਗਾਰਡ ਬਣੇ ਖੜੇ ਨਾ ਬੰਦੂਕਾਂ ਚੱਕੀ, ਇਹਦੇ ਕੋਲ ਮੇਰਾ ਨਾਂ ਲੈ ਕੇ ਦੇਖੀ, ਜੇ ਤੁਰ ਤੜੀ ਨਾ ਛੱਡ ਜੇ ਇਹਨੂੰ। ਗਾਂਧੀ ਆ ਮੈਂ, ਖੰਨੇ ਵਾਲਾ ਗਾਂਧੀ। ਇਹ ਤਾਂ ਵੱਡੇ ਬਜ਼ੁਰਗ ਬੈਠੇ ਸੀ, ਹੁਣ ਤੱਕ ਤਾਂ ਚੁੱਪ ਸੀ ਮੈਂ। ਆ ਮੈਂ ਫੋਟੋ ਖਿਚਾਉਣ ਨੂੰ ਨਹੀਂ ਰੱਖਿਆ। ਦੇਖ ਵੀਰੇ, ਆ ਤੇਰੀ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ, ਤੇਰਾ ਮੇਰਾ ਵੀ ਕੋਈ ਝਗੜਾ ਨਹੀਂ ਹੈ, ਆਪਾਂ ਬਹਿ ਕੇ ਇਸ ਮਸਲੇ ਦਾ ਰਾਹ ਲੱਭ ਲੈਂਦੇ ਹਾਂ। ਉਹ ਜਿਹੜੀ ਸਾਹਮਣੇ ਖੜੀ ਆ ਨਾ, ਭੈਣ ਹੈ ਮੇਰੀ, ਅਤੇ ਜਿਹੜਾ ਬੰਦਾ ਔਰਤ ਦੀ ਇੱਜ਼ਤ ਨਹੀਂ ਨਾ ਕਰਦਾ ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ। ਰਾਹ ਤਾਂ ਬਸ ਇੱਕੋ ਹੀ ਬਚਦਾ, ਉਹਨੂੰ ਉਹਦਾ ਬਣਦਾ ਹੱਕ ਦੇ ਦਿਓ, ਨਹੀਂ ਤੁਹਾਡੇ ਪੂਰੇ ਪਰਿਵਾਰ 'ਚ ਉਹ ਜ਼ਮੀਨ ਨੂੰ ਵਾਹੁਣ ਵਾਲਾ ਕੋਈ ਬਚਣਾ ਨਹੀਂ। ਲੈ ਪੁੱਤ, ਇਹ ਵੀ ਕੋਈ ਗੱਲ ਹੈ? ਇਹ ਕਿਹੜਾ ਗੱਲ ਹੈ? ਸਾਡਾ ਆਪਣਾ ਹੈ, ਸਾਡਾ ਆਪਣਾ ਖੂਨ ਹੈ। ਆ ਜਾ ਮੇਰਾ ਸ਼ੇਰ, ਆ ਜਾ ਮੇਰਾ ਪੁੱਤ, ਆ ਜਾ, ਆਪਾਂ ਕੱਲ੍ਹ ਨੂੰ ਜਾ ਕੇ ਕਚਹਿਰੀ ਦੇ ਵਿੱਚ ਸਾਰਾ ਕੁਛ ਕਰਾ ਦਾਂਗੇ। ਕੱਲ੍ਹ ਨਹੀਂ, ਹੁਣੇ ਸਾਈਨ ਮਾਰੋ। ਵੀਰ, ਤੇਰਾ ਅਹਿਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੀ। ਰੱਬ ਬਣ ਕੇ ਆਇਆ ਮੇਰੀ ਜ਼ਿੰਦਗੀ 'ਚ, ਸਾਰੀ ਉਮਰ ਆਪਣੇ ਘਰ 'ਚ ਤੇਰੀ ਫੋਟੋ ਲਾ ਕੇ ਪੂਜਿਆ ਕਰੂੰਗੀ। ਮੰਨਣਾ ਪਏਗਾ ਕਿ ਲੋਕ ਪੂਜਣ ਲੱਗ ਪਏ ਸੀ ਤੈਨੂੰ। ਹਰ ਸਮਾਗਮ, ਹਰ ਟੂਰਨਾਮੈਂਟ ਦੇ ਵਿੱਚ ਤੈਨੂੰ ਹੀ ਚੀਫ ਗੈਸਟ ਬੁਲਾਉਣ ਲੱਗ ਪਏ ਸੀ। ਸਾਨੂੰ ਤਾਂ ਇਉਂ ਲੱਗਣ ਲੱਗ ਪਿਆ ਸੀ ਜਿਵੇਂ MLA MP ਅਸੀਂ ਨਹੀਂ, ਤੂੰ ਹੋਵੇਂ, ਜਿਸ ਨੂੰ ਇਲਾਕੇ ਦੇ ਲੋਕ ਇੰਨਾ ਸਤਿਕਾਰ ਦੇਣ ਲੱਗ ਜਾਣ ਤਾਂ ਉਸ ਨੂੰ MLA ਜਾਂ MP ਬਣਨ ਤੋਂ ਕੋਈ ਰੋਕ ਸਕਦਾ ਤਾਂ ਮੌਤ, ਸਿਰਫ ਤੇਰੀ ਮੌਤ। ਤੂੰ ਉਸ ਲੰਡੂ ਜਿਹੇ ਪ੍ਰਧਾਨ ਦੇ ਸਿਰ ਤੇ ਟੱਪਦਾ ਸੀ ਨਾ, ਹੁਣ ਕਿੱਥੇ ਹੈ ਤੇਰਾ ਉਹ ਪ੍ਰਧਾਨ? DSP ਸਾਹਿਬ, ਸਾਰਾ ਪੰਜਾਬ ਜਾਣਦਾ ਪਹਿਲਵਾਨਾਂ ਨੇ ਚੁੱਕਿਆ ਗਾਂਧੀ ਨੂੰ, ਤੁਸੀਂ ਪਹਿਲਵਾਨ ਨੂੰ ਫੜੋ ਜਿਵੇਂ ਕਿਵੇਂ, ਫਿਰ ਗਾਂਧੀ ਮਿਲ ਜੂ ਜਨਾਬ, ਅਤੇ ਜੇਕਰ ਪਹਿਲਵਾਨ ਨਹੀਂ ਮਿਲਦਾ ਤਾਂ ਸਮਝ ਲਓ ਕੋਈ ਗੜਬੜ ਹੈ ਜਨਾਬ। ਪ੍ਰਧਾਨ ਜੀ, ਅਸੀਂ ਤਾਂ ਚੱਪਾ ਚੱਪਾ ਛਾਣ ਮਾਰਿਆ, ਨਾ ਸਾਨੂੰ ਗਾਂਧੀ ਦਾ ਪਤਾ ਲੱਗਿਆ, ਨਾ ਭਲਵਾਨ ਦਾ ਪਤਾ ਲੱਗਿਆ। ਭਲਵਾਨ ਦੇ ਰਿਸ਼ਤੇਦਾਰਾਂ ਨਾਲ ਸਾਰਾ ਥਾਣਾ ਭਰਿਆ ਪਿਆ, ਸਾਲਾ ਕੋਈ ਕੁਛ ਨਹੀਂ ਦੱਸਦਾ। ਪਰ ਪਤਾ ਕਰਨਾ ਪਊ ਜਨਾਬ, ਪਤਾ ਕਰਨਾ ਪਊ। ਪ੍ਰਧਾਨ ਜੀ, ਪੁਲਿਸ ਤਾਂ ਆਪਣਾ ਪੂਰਾ ਵਾਹ ਲਾ ਦੂਗੀ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਇਹ ਗੁੰਡੇ ਵਾਸਤੇ ਨੇਤਾਬ ਲੈ ਕੇ ਹੋਏ ਹੋਏ ਹੋ। ਗਾਂਧੀ ਗੁੰਡਾ ਨਹੀਂ ਹੈ, ਜਿੱਥੋਂ ਤੱਕ ਮੈਂ ਉਸਨੂੰ ਜਾਣਦਾ ਉਹ ਹੀਰਾ ਬੰਦਾ ਹੈ ਜਨਾਬ। ਲਓ ਵੀ ਇਹ ਪੈਗ ਮੇਰੇ ਛੋਟੇ ਵੀਰ ਗਾਂਧੀ ਦੇ ਨਾਂ। ਬਾਈ ਸੱਚ ਮੰਨਿਓ, ਮੈਨੂੰ ਯਕੀਨ ਨਹੀਂ ਸੀ ਬਾਈ ਲੁਧਿਆਣੇ ਵਾਲੇ ਇਲੈਕਸ਼ਨ ਆਪਣਾ ਬੰਦਾ ਜਿੱਤ ਜਾਊ, ਇਹ ਸਭ ਤੇਰੇ ਕਰਕੇ ਹੋਇਆ ਗਾਂਧੀ। ਲੈ ਦੱਸ ਬਾਈ, ਆਹ ਕਿਹੜੀ ਗੱਲ ਹੈ, ਤੁਹਾਡੇ ਲਈ ਤਾਂ ਜਾਨ ਵੀ ਹਾਜ਼ਰ ਹੈ। ਲੈ ਦੱਸ, ਉਹ ਹੁਣ ਸਾਰਾ ਕੁਛ ਤੂੰ ਹੀ ਕਰਨਾ, ਉਹ ਵੱਡੇ ਭਰਾ ਦਾ ਵੀ ਕੋਈ ਫਰਜ਼ ਬਣਦਾ। ਬਾਈ ਹੁਣ ਤੁਸੀਂ ਐਂ ਕਰੋ, 5-7 ਦਿਨ ਚੰਡੀਗੜ੍ਹ ਲਾਓ, ਖਰਚੇ ਪਾਣੀ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ, ਉੱਥੇ ਆਪਣਾ ਬੰਦਾ ਗਾਚਾ, ਸਾਰੀ ਜ਼ਿੰਮੇਵਾਰੀ ਉਹਦੀ ਆ, ਤੁਸੀਂ ਬਸ ਐਸ਼ ਕਰਨੀ ਹੈ। ਆਓ ਗਾਂਧੀ ਬਾਈ ਜੀ ਆਓ, ਬਹੁਤ ਸੁਣਿਆ ਸੀ ਪ੍ਰਧਾਨ ਸਾਹਿਬ ਤੋਂ ਤੁਹਾਡੇ ਬਾਰੇ, ਅੱਜ ਦਰਸ਼ਨ ਵੀ ਹੋ ਗਏ। ਫਿਰ ਤਾਂ ਤੁਸੀਂ ਮੇਰੇ ਬਾਰੇ ਵੀ ਸੁਣਿਆ ਹੀ ਹੋਊ। ਸਭ ਜਾਣਦਾ ਨਹੀਂ ਮੈਂ, ਮੈਂ ਤਾਂ ਇਹ ਵੀ ਜਾਣਦਾ ਕਿ ਤੁਹਾਨੂੰ ਇਹ ਸਾਰੇ ਕੀ ਕਹਿੰਦੇ ਆ। ਚੰਗੀ ਤਰ੍ਹਾਂ ਜਾਣਦੇ ਹੋ ਜੀ ਤੁਸੀਂ ਮੈਨੂੰ।
ਲੈ ਲਿਆ ਨਿਆਮ ਯਾਰ ਵੀਰੇ ਥੱਕੇ ਜੇ ਪਏ ਆ ਇਹ ਦੱਸ ਵੀ ਸਾਡੇ ਰਹਿਣ ਦਾ ਜਗਾੜ ਕਿੱਥੇ ਕਰਿਆ ਲਓ ਬਾਈ ਲਾਹੋ ਥਕਾਵਟ ਕਸੌਲ ਦਾ ਮਾਲ ਹੈ ਕਸੌਲ ਦਾ ਸਾਰੀ ਥਕਾਵਟ ਫੁਰ ਹੋ ਜੂ ਰਹਿਣ ਦੇ ਬਾਈ ਪਹਿਲਾਂ ਪੁਲਿਸ ਵਾਲਿਆਂ ਨੇ ਲਾਤਾ ਸੀ ਮਸਾਂ ਛੜਾਇਆ ਹੁਣ ਤੂੰ ਨਾ ਲਾ ਦੀ ਕਿਤੇ ਬਾਈ ਰਹਿਣ ਦੇ ਬਾਈ ਤੁਸੀਂ ਖੜੇ ਕਿਉਂ ਅੰਦਰ ਆਓ ਨਾ ਮੋਸਟ ਵੈਲਕਮ ਆਓ ਬਾਈ ਸਾਰੇ ਆਓ 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 ਬਾਈ ਫੇਰ ਫੇਰ ਕੀ ਭੋਲੇ ਦਾ ਉਤਲਾ ਸਾਂ ਉੱਤੇ ਥਲੜਾ ਸਾਂ ਥੱਲੇ ਪਤਾ ਚੱਲੇ ਮਰਨ ਵਾਲਾ ਤਾਂ ਚੰਗਾ ਹੀ ਹੈ ਡਰਜੋ ਕਿਉਂ ਤੂੰ ਰਿੰਗਾ ਭੋਲੇ ਕੀ ਗੱਲ ਬਾਈ ਤੇਰੇ ਕਿਵੇਂ ਸੱਤੂ ਜੇ ਖਤਮ ਹੋਏ ਪਏ ਨੇ ਕੁਛ ਨਹੀਂ ਯਾਰ ਚੀਜ਼ਾ ਨਹੀਂ ਲੱਗਦਾ ਲੈ ਬਾਈ ਆ ਲਵਾਓ ਜੀ ਲਾ ਕੇ ਦੇਖ ਉਹ ਲਾ ਕੇ ਤਾਂ ਦੇਖ ਬਾਈ ਰਹਿਣ ਦੇ ਗਾਚੇ ਨਹੀਂ ਲਾਉਂਦਾ ਬਾਈ ਮਰਜ਼ੀ ਹੈ ਬਾਈ ਫਿਰ ਪ੍ਰਧਾਨ ਸਾਹਿਬ ਨਹੀਂ ਕਹਿਣਾ ਕਿ ਸਾਡੇ ਗੈਸਟਾਂ ਦੀ ਸੇਵਾ ਨਹੀਂ ਕੀਤੀ ਬਾਈ ਇੱਕ ਵਾਰ ਲਾ ਮੇਰੀ ਖਾਤਰ ਲਾ ਕੇ ਦੇਖ ਬਾਈ ਕੁਛ ਨਹੀਂ ਹੁੰਦਾ ਰਾਜੂ ਇਹਦਾ ਵੀ ਮਨ ਰੱਖ ਲੈਂਦੇ ਹਾਂ ਯਾਰ ਹਾਂ ਹੋਰ ਦੱਸ ਇਹ ਬਣੀ ਨਾ ਗੱਲ ਬਾਈ ਹੈ ਗਾਚੇ ਸੂਟਾਂ ਲਵਾਈ ਯਾਰ ਹਾਂਜੀ ਬਾਈ ਹਾਂਜੀ ਭੋਲੇ ਸੁਣਾ ਕੋਈ ਚੁਟਕਲਾ ਚੁਟਕਲਾ ਛੱਡ ਬਾਈ ਤੈਨੂੰ ਮੈਂ ਨਾ ਭੋਲੇ ਦੀ ਗੱਲ ਸੁਣਾਉਣਾ ਇੱਕ ਕਿਹੜਾ ਬਾਈ ਭੋਲਾ ਵਾ ਗਿਆ ਫਿਲਮ ਦੇਖਣ ਚੰਚਲ ਜਵਾਨੀ ਇਹ ਹੋ ਗਿਆ 15 ਕੁ ਮਿੰਟ ਲੇਟ ਹੈ ਜਦੋਂ ਹੀ ਅੰਦਰ ਵੜਿਆ ਨਾਲ ਬੈਠੇ ਬੰਦੇ ਨੂੰ ਕਹਿੰਦਾ ਬਾਈ ਕਿੰਨੀ ਕੁ ਲੰਘੀ ਉਹ ਕਹਿੰਦਾ 15 ਕੁ ਮਿੰਟ ਦੀ ਲੰਘੀ ਹਜੇ ਕਹਿੰਦਾ ਕੋਈ ਸੀਨ ਜ਼ਿਆਦਾ ਹੀ ਲੰਘਿਆ ਉਹ ਕਹਿੰਦਾ ਨਾ ਨਾ ਇਹ ਤਾਂ ਸਾਰੇ ਸੀਨ ਪਏ ਨੇ ਬਾਈ ਜਦੋਂ ਵੀ ਕੋਈ ਦਮਦਾਰ ਜਾ ਸੀਨ ਆਇਆ ਕਰੇ ਇਹ ਤਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਮਾਰ ਕੇ ਸਵਾਦ ਲਿਆ ਕਰਨ ਬਾਈ ਜਦੋਂ ਵੀ ਹੋਇਆ ਇੰਟਰਵਾਈਲ ਮੱਚੀਆਂ ਲਾਈਟਾਂ ਓਏ ਹੋਏ 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 ਫੇਰ ਕੀ ਕਹਾਂ ਇਹਦਾ ਬੁੜਾ ਫੇਰ ਕੀ ਆ ਫੇਰ ਕੀ ਜਦੋਂ ਇਹ ਮੋਟਰ ਤੇ ਇਹਦਾ ਬੁੜਾ ਕਰੇ ਜਦੋਂ ਇਹਦਾ ਬੁੜਾ ਮੋਟਰ ਤੇ ਇਹ ਕਰੇ ਇਹਦਾ 6 ਮਹੀਨੇ ਇੱਕ ਦੂਜੇ ਦੇ ਮੱਥੇ ਹੀ ਨਹੀਂ ਲੱਗੇ ਗਾਂਧੀ ਬਾਈ ਯਾਰ ਇੱਕ ਛੋਟਾ ਜਿਹਾ ਕੰਮ ਸੀ ਬਾਈ ਮਣੀ ਮਾਜਰੇ ਮੇਰਾ ਇੱਕ ਪਲਾਟ ਹੈ ਇੱਕ ਮਜ਼ਦੂਰ ਨੂੰ ਤਰਸ ਖਾ ਕੇ ਰਹਿਣ ਲਈ ਦੇ ਦਿੱਤਾ ਸੀ ਬਾਈ ਮਜ਼ਦੂਰ ਜੋਨੀ ਉਹਨੂੰ ਨਾਲ ਜੋੜ ਕੇ ਉਹਨੇ ਮੇਰੇ ਪਲਾਟ 'ਤੇ ਕਬਜ਼ਾ ਕਰ ਲਿਆ ਬਸ ਕਬਜ਼ਾ ਲੈਣਾ ਬਾਈ ਕੋਈ ਨਹੀਂ ਅੱਜ ਰਾਤ ਨੂੰ ਹੀ ਕਰਦੇ ਹਾਂ ਤੇਰਾ ਕੰਮ
आप क्या लेने आए हो साहब जी, सब कुछ तो बर्बाद कर दिया आपने। तेरी भी तो गलती है, क्यों नजायज कब्जा करे किसी के प्लाट पे? क्या बात करते हो साहब जी, हम क्यों कब्जा करेगा साहब जी। कच्चा सेठ से हमने 5 साल पहले जमीन खरीदी थी, जमीन के आगे से हाईवे क्या निकल गया, अब ना पैसे देता है ना जमीन की रजिस्ट्री करवाता है। सच कह रहे? अरे साहब जी मैं भला झूठ क्यों बोलूं। ओ आ गया मेरा गांधी भरा। की होया भाई? साल्या नशे ते लाके मैं तो गलत काम करवाना। 7 बजे ने, जे 2 बजे तक उस गरीब की रजिस्ट्री ना हुई तो मैं भूल चुके मैं तेरा नून खाता। ठीक है भाई, समझ गया। चलो इतो साहब जी, कोई भी लोड हो एक फोन कर दी बस। चलो यार पिंड चलते हैं। भाई आप पिंड नहीं जा सकते चारे। क्यों? पुलिस लभदी फिरदी आ 307 वाले मुकदमे च। पर यार इस घटिया बंदे कोल भी नहीं रहना, आप करते आप पेश हो जाने। चलो डीएसपी साहब एहो जाया गांधी, हुण तुसीं आप ही दसो की वह गुंडा है। प्रधान जी तुसी बेफिक्र होके घरे जाओ, असी गांधी नूं लभण लई पूरी वाह ला दें। ठीक है जनाब। सत श्री अकाल। प्रधान साहब आ जी। सत श्री अकाल प्रधान साहब। मुंडियो कुछ पता लग्या गांधी का? कित्थे भाई जी, असी तो पहलवाना दे पंजाब तो लैके हरियाणे तक सारे टिकाने फरोलते। पुलिस कहती है हुण पुलिस अपना जोर ला रही है, पर आपां नूं भी तां अपने लैवल ते कुछ ना कुछ करना पऊ। मैनूं तां एक गल समझ नहीं आउंदी, गांधी इन्नी वड्डी गलती किवें कर गया, ना कोई नाल ना कोई असला। गांधी भाई ने तां तुसीं चंगी तरह जाणदे हो, एक तां वैसे ही दलेर बहुत हो, उत्तों जदों दा नशे ते लग्गिआ बहुत ही लापरवाही नाल चलदा है। पता नहीं गांधी भाई कित्थे होणा। हाँ जी सर, हाँ जी सर, नहीं जी ओ मैं सर मैं खुद जाके देखता जी सर। यह तो मामला ही बड़ा पक गया है, ये करके NH1 रोड से जाम लग्या पिया। सीएम नूं दिल्ली तो फोन आ रहे ने। सर जी एक सवाल पूछा जी। हाँ आपां नूं इन्नी देर ज्यौंदा क्यों रखे, ये काम क्यों नहीं नबेड़ते? उस थानेदार करके वो पहली बार अंदर गया, वो एहो जे लंडू के सच 50 बार वो अंदर गया ते 50 बार बाहर आया। मैनू उसका पक्का इलाज चाहिए है, पक्का, समझिया? यही दस रहे सर, उसके पक्के इलाज का प्रबंध कर दिता मैं। ਪਲਵਾਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਦੀ ਪੂਰੀ ਚੂੜੀ ਕੱਸ ਦਿੱਤੀ ਹੈ, ਬਸ ਉਹ ਬਾਹਰ ਆਉਣਾ ਚਾਹੀਦਾ ਹੈ। ਉਸ ਦੀ ਮੌਤ ਦੀ ਖਬਰ ਸੁਣ ਲਈ ਮੇਰੇ ਵੀ ਕੰਨ ਤਰਸ ਰਹੇ ਨੇ। ਬਸ ਠੋਕ ਦੋ। ਨਹੀਂ ਸਰ ਨਹੀਂ, ਉਸ ਨੂੰ ਇੰਨੀ ਆਸਾਨ ਮੌਤ ਨਹੀਂ ਮਾਰਨਾ, ਉਸਨੂੰ ਦਰਦ ਨਾਲ ਤੜਫਾ ਤੜਫਾ ਕੇ ਮਾਰਨਾ ਹੈ। ਸਰੀਰ ਦਾ ਦਰਦ ਮੌਤ ਨਾਲੋਂ ਵੀ ਬੁਰਾ ਹੁੰਦਾ ਹੈ। ਵੱਡੇ ਵੱਡੇ ਖੰਬੀ ਖਾਂ ਇਸ ਦਰਦ ਤੋਂ ਡਰਦੇ ਮੈਂ ਮੌਤ ਮੰਗਦੇ ਦੇਖਿਆ ਹੈ, ਬਸ ਮੈਨੂੰ ਉਹੀ ਮੌਤ ਚਾਹੀਦੀ ਉਸਦੀ। ਮੈਨੂੰ ਯਾਦ ਆ ਉੱਥੇ ਜਦੋਂ ਉਸਨੇ ਮੇਰੇ ਘਰ ਵਿੱਚ ਵੜ ਕੇ
मेरे मुंह ते आने थप्पड़ मारा सी। सोतला सचो है मैं सचो नहीं मेनू तो तू साले डीजीपी लगदा बेइज्जती तो उसने मेरी भी परे पंडाल विच कीती सी सजा तो उसकी भयानक ही होनी चाहिए है भयानक सर मैं तो अड़ा हर पूरा पला सोचा है पर मेरी एक गुजारिश है उसकी मौत सिर्फ मेरे हाथों होनी चाहिए है जे खाड़कूवाद होता ना उसनु सामने खड़े करके गोली मार दिंदा मैं बस उसकी मौत मेरे हाथों होनी चाहिए है मेरे हाथों जो भी करना है जिवें भी करना है जल्दी कर जल्दी हेलो सत श्रीकाल भाई जी ठीक है भाई जी मेहरबानी हाँ जी भाई कोली है जी ठीक है जी ओके जी भाई प्रधान जी का फोन सी कहते थोड़ी जमानत हो जू कल नाले क्या है कि गांधी नू कहीं के ध्यान ना रहे कंडा कड्डन नू फिरदे ने किड़ा जम्मिया गांधी का कंडा कड्डन वाला परे हटोए साला सुस्ती पालन दे यार We'll be right back.
ਤੇ ਪੰਜਾਬ ਸਰਕਾਰ ਹੱਥਾਂ ਤੇ ਹੱਥ ਰੱਖ ਕੇ ਬੈਠੀ ਹੋਈ ਹੈ। ਹਜੇ ਤੱਕ ਰੁਪਿੰਦਰ ਗਾਂਧੀ ਦਾ ਕੋਈ ਠੋਸ ਪਤਾ ਨਹੀਂ ਲੱਗਿਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਸਥਾਨਕ ਸਰਪੰਚ ਦੀ ਕਿਡਨੈਪਿੰਗ ਦੇ ਰੋਸ ਵਿੱਚ ਲੋਕਾਂ ਨੇ NH1 ਤੇ ਧਰਨਾ ਲਾਇਆ ਹੋਇਆ ਹੈ ਤੇ ਇਸ ਧਰਨੇ ਵਿੱਚ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਵੀ ਫਸੀ ਹੋਈ ਹੈ, ਜਿਸ ਕਾਰਨ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਪੂਰਾ ਹੜਕੰਪ ਮਚਿਆ ਹੋਇਆ ਹੈ ਤੇ ਪੰਜਾਬ ਦੇ CM ਨੇ ਪੰਜਾਬ ਪੁਲਿਸ ਨੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਨਿਪਟਾਉਣ ਦੇ ਨਿਰਦੇਸ਼ ਦਿੱਤੇ ਨੇ। ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਇਸ ਮਸਲੇ ਨੂੰ ਕਿੰਨੀ ਛੇਤੀ ਸੁਲਝਾ ਲੈਂਦੀ ਹੈ। ਪੰਜਾਬੀ ਨਿਊਜ਼ 1, ਮੈਂ ਸਰਬਜੀਤ ਕੌਰ, ਕੈਮਰਾਮੈਨ ਦਿਨੇਸ਼ ਦੇ ਨਾਲ। ਹਾਂਜੀ ਬਾਈ ਜੀ। ਹਾਂ ਭੋਲੇ, ਕਿੱਥੇ ਹੋ? ਖੰਨੇ ਦੇ ਨੇੜੇ ਤੇੜੇ ਹੀ ਆ ਜੀ। ਐਂ ਕਰੋ, ਫਟਾਫਟ ਮੈਨੂੰ ਸਮਰਾਲੇ ਵਾਲੀ ਰੋਡ ਤੇ ਫੋਲੋ ਕਰੋ, ਗਾਂਧੀ ਦੀ ਕੋਈ ਸੂਹ ਮਿਲ ਗਈ। ਚਲੋ, ਬਾਈ ਦਾ ਪਤਾ ਲੱਗ ਗਿਆ। ਜਨਾਬ ਦੇ ਲੱਗਦਾ ਤੂੰ ਹੈ ਕਿੱਥੇ? ਜਨਾਬ ਮੈਂ ਖੰਨੇ ਆ ਜੀ, ਡਿਊਟੀ ਦੇ ਰਿਹਾ। ਬਈ ਲੱਗਦਾ ਡਿਊਟੀ ਦਾ ਇੱਥੇ ਆ ਤੂੰ। ਬਈ ਤੇਰੇ ਕਰਕੇ ਰੁਕੇ ਹੋਏ ਆ, ਨਹੀਂ ਤਾਂ ਕਦੋਂ ਦਾ ਇਹਦਾ ਕੰਮ ਕਰ ਦਿੰਦੇ। ਬਈ ਕਿਤੇ ਕੋਈ ਗੜਬੜ ਨਾ ਹੋ ਜੇ। ਮੰਤਰੀ ਸਾਹਿਬ, ਕੋਈ ਗੜਬੜ ਨਹੀਂ ਹੁੰਦੀ ਜੀ, ਮੈਂ ਸਾਰਾ ਮਾਮਲਾ ਸੈੱਟ ਕਰ ਲਿਆ। ਸਾਰਾ ਪੰਜਾਬ ਜਾਣਦਾ ਕਿ ਗਾਂਧੀ ਨੂੰ ਭਲਵਾਨਾਂ ਨੇ ਚੱਕਿਆ ਤੇ ਪਰਚਾ ਤਾਂ ਉਹਨਾਂ ਦੇ ਪੈਣਾ ਨਾ। ਬਾਕੀ ਤੁਸੀਂ ਬੇਫਿਕਰ ਰਹੋ। ਉਹ ਤਾਂ ਠੀਕ ਹੈ, ਪਰ ਤੂੰ ਇੱਥੇ ਕਦੋਂ ਆ ਰਿਹਾ? ਜਨਾਬ, ਇੱਥੇ ਕਰਫਿਊ ਵਾਲਾ ਮਾਹੌਲ ਬਣਿਆ ਪਿਆ, ਸਾਰੇ ਲੋਕ ਇਕੱਠੇ ਹੋਏ ਪਏ ਨੇ, ਮੰਡੀਰਾਂ ਨੇ ਪੂਰਾ ਘੇਰਾ ਪਾਇਆ ਹੋਇਆ। ਇਹ ਤਾਂ ਸਾਲੀ ਫਿਰ ਗੜਬੜ ਹੋ ਗਈ। ਤੂੰ ਐਂ ਕਰੋ, ਤੂੰ ਹੁਣ ਇੱਥੇ ਨਾ ਆਈ। ਜੇ ਕਿਸੇ ਨੂੰ ਵੀ ਇਸ ਮਾਮਲੇ 'ਚ ਮੇਰੇ ਸ਼ਾਮਿਲ ਹੋਣ ਦੀ ਸੂਹ ਲੱਗ ਗਈ ਨਾ, ਤਾਂ ਆਪਾਂ ਤਾਂ ਪੱਟੇ ਜਾਵਾਂਗੇ। ਗਾਂਧੀ ਨੂੰ ਹੁਣ ਇੱਥੋਂ ਕਿਤੇ ਹੋਰ ਲਿਜਾ ਕੇ ਮਾਰਨਾ ਪੈਣਾ। ਤੂੰ ਐਂ ਕਰ, ਅੱਜ ਰਾਤ ਨੂੰ 1 ਵਜੇ ਬੱਸ ਵਾਲੀ ਨਹਿਰ ਤੇ ਪਹੁੰਚੀ, ਪਰਦੇ ਨਾ ਪਾ ਕੇ ਆਈ। ਠੀਕ ਹੈ ਜੀ। ਚਲੋ ਫਿਰ, ਕੱਢ ਦਿਓ ਇਹਦਾ ਉੱਥੇ ਕੰਡਾ। ਕੀ ਗੱਲ, ਮੌਤ ਤੋਂ ਡਰ ਲੱਗ ਰਿਹਾ ਤੈਨੂੰ? ਬਸ ਕੁਛ ਘੰਟਿਆਂ ਦੀ ਦੇਰੀ ਆ, ਸਾਰਾ ਡਰ ਖਤਮ ਹੋ ਜੂ ਤੇਰਾ। ਮੌਤ ਤਾਂ ਉਸ ਦਿਨ ਕਬੂਲੀ ਸੀ ਜਿਸ ਦਿਨ ਹਥਿਆਰ ਚੱਕੇ ਸੀ। ਆਪਣੀ ਇਹ ਸਾਰੀ ਹਾਲਤ ਦਾ ਜ਼ਿੰਮੇਦਾਰ ਖੁਦ ਹੈ ਤੂੰ। ਪੁਲਿਸ, ਪੋਲਿਟਿਕਸ ਤੇ ਸ਼ਹਿਰ ਦੇ ਵੈਲੀ ਬੰਦਿਆਂ ਨਾਲ ਪੰਗਾ ਲੈ ਕੇ ਕੋਈ ਨਹੀਂ ਬਚਿਆ ਅੱਜ ਤੱਕ। ਤੂੰ ਆਪਣੇ ਆਪ ਨੂੰ ਵੈਲੀ ਸਮਝਦਾ? ਤੂੰ ਤਾਂ ਦੋ ਟਕੇ ਦਾ ਬੰਦਾ ਵੀ ਨਹੀਂ। ਬਕਵਾਸ ਮਾਰਦਾ ਤੂੰ! ਮੈਂ ਜਦ ਵੀ ਤੇਰੇ ਤੇ ਵਾਰ ਕਰਿਆ, ਤੈਨੂੰ ਲਲਕਾਰ ਕੇ ਕਰਿਆ, ਤੂੰ ਜਦ ਵੀ ਵਾਰ ਕਰਿਆ ਪਿੱਟ ਤੇ। ਹਾਂ ਓਏ, ਦੱਸ ਕਦੋਂ ਆਵੇ ਤੇਰਾ ਬਾਪ? ਸਾਲਿਆ, ਬੋਲਦਾ ਕਿਵੇਂ ਆ? ਆ ਜਾ ਫਿਰ, ਹੁਣੇ ਆ ਜਾ, ਪਤਾ ਲੱਗ ਜੂ ਕੌਣ ਕਿਹਦਾ ਪਿਓ ਆ। ਲੈ ਹੋ ਜਾ ਤਿਆਰ, ਆ ਗਿਆ ਤੇਰਾ ਪਤੰਦਰ।
ਬਸ ਮਾਰਨਾ ਥੋੜੀ ਆ ਹਵਾ ਕੱਢਣੀ ਸੀ ਸਾਲੇ ਦੀ ਕੱਢਤੀ ਕਿਉਂ ਕੋਈ ਪਛਤਾਵਾ ਹੈ ਮਨ ਚ ਤੈਨੂੰ ਜਿਉਂਦਾ ਛੱਡਣ ਦਾ ਪਰ ਇਹ ਗਲਤੀ ਮੈਂ ਨਹੀਂ ਕਰਦਾ ਕਿਉਂਕਿ ਤੇਰੀ ਮੌਤ ਮੇਰੀ ਜ਼ਿੰਦਗੀ ਆ ਬਸ ਇੰਤਜ਼ਾਰ ਕਰ ਇੱਕ ਬੱਚਣ ਦਾ ਛੇਤੀ ਚੱਲ ਯਾਰ ਲੈਫਟ ਲੈ ਲੈਫਟ ਤੇਰਾ ਮਰਨਾ ਤਾਂ ਤੈ ਭਲਵਾਨ ਜੇ ਮੈਂ ਬਚ ਗਿਆ ਤਾਂ ਮੈਂ ਨਹੀਂ ਛੱਡਦਾ ਜੇ ਮੈਂ ਮਰ ਗਿਆ ਤਾਂ ਮੇਰੇ ਯਾਰਾਂ ਨੇ ਨਹੀਂ ਛੱਡਣਾ ਸਾਲਾ ਮੌਤ ਦੇ ਮੂੰਹ ਚ ਬੈਠਾ ਵੀ ਨਹੀਂ ਟਿਕਦਾ ਦਾਰੂ ਲਿਆ ਕਿਉਂ ਦਾਰੂ ਦਾਰੂ ਚੜ੍ਹਨੇ ਰਹੇ ਇਹੀ ਖੌਫ ਹੈ ਗਾਂਧੀ ਦਾ ਇਹ ਖੌਫ ਹੈ ਗਾਂਧੀ ਦੇ ਯਾਰਾਂ ਦਾ ਤੂੰ ਨੇ ਬਚਦਾ ਸੜਿਆ ਇਹਦੀ ਸੜਦੀ ਜਵਾਨ ਨਹੀਂ ਰੁਕਦੀ ਹੱਥ ਖੋਲੇ ਦੇ ਇੱਧਰ ਆ ਚੱਕਾ ਨੂੰ ਸਿੱਟੋ ਗੱਡੀ ਚ ਤੂੰ ਮਰੇਂਗਾ ਸੜਿਆ ਬਹੁਤ ਸੁਣ ਲਈ ਬਕ ਬਕ ਕਿਹੜਾ ਉਡੀਕੂ ਇੱਕ ਬੱਚਣ ਨੂੰ ਸਿੱਟੋ ਇਹਨੂੰ ਗੱਡੀ ਚ ਅਜੇ ਜ਼ਿਆਦਾ ਦੇਰ ਨਹੀਂ ਹੋਈ ਨਿਕਲਿਆ ਨੂੰ ਚਲੋ ਇਹ ਮੁੰਡਿਆਂ ਚੱਲੀਏ ਛੇਤੀ ਕਰੋ ਹਜੇ ਜ਼ਿਆਦਾ ਦੂਰ ਨਹੀਂ ਗਏ ਹੁਣੇ ਕਿਉਂ ਵੀ ਭਲਵਾਨਾ ਮੰਤਰੀ ਸਾਹਿਬ ਨੇ ਮੈਨੂੰ 1 ਵਜੇ ਦਾ ਟਾਈਮ ਦਿੱਤਾ ਸੀ ਅਤੇ ਤੂੰ ਮੈਨੂੰ 12 ਵਜੇ ਹੀ ਬੁਲਾ ਲਿਆ ਇਹਦਾ ਸੜਦਾ ਇੱਕ ਇੱਕ ਲਫ਼ਜ਼ ਮੈਨੂੰ ਸੋਲ ਵਾਂਗੂ ਚੁੱਭਦਾ ਬਾਹਰ ਕੱਢੋ ਇਹਨੂੰ ਕੀ ਕਹਿੰਦਾ ਸੀ ਮੈਂ ਤੈਨੂੰ SHO ਨਹੀਂ DIG ਲੱਗਦਾ ਹੈ ਹੁਣ ਪਤਾ ਲੱਗੂ ਕਿ ਮੌਕੇ ਦੇ SHO ਦੇ ਵਿੱਚ ਕਿੰਨੀ ਪਾਵਰ ਹੈ ਹੁਣ ਦੱਸ ਮੈਂ ਤੈਨੂੰ ਕੀ ਲੱਗਦਾ ਹੈ ਸੂਰ ਸਾਲਿਆ ਬਕਵਾਸ ਬੰਦ ਕਰ ਲੈ ਤੇ ਤੂੰ ਸੂਰ ਦਾ ਪੁੱਤ ਬੇਬੇ ਜੀ ਕੀ ਹੋ ਗਿਆ ਮੈਨੂੰ ਕੁਝ ਠੀਕ ਨਹੀਂ ਲੱਗਦਾ ਪੁੱਤ ਹੈਲੋ
ਦੀਆਂ ਥਾਵਾਂ ਪਿੰਡ ਲੁੱਟ ਗਿਆ ਏ ਪਹਾੜ ਟੁੱਟ ਗਿਆ ਏ ਕੜਾ ਫੁੱਟ ਗਿਆ ਏ ਹਰ ਅੱਖ ਚੋਂ ਅੱਜ ਵਗਣ ਤਰਾਲਾ ਤੂੰ ਜਿੰਨਾ ਦਾ ਸੀ ਕਰਦੀ ਦੱਸ ਹਮਦਰਦੀ ਤਾਰਾ ਟੁੱਟ ਗਿਆ ਏ ਲੇਖਾ ਮੁੱਕ ਗਿਆ ਏ ਓ ਯਾਰਾ ਲੁੱਟ ਗਿਆ ਏ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾ ਗਈਆਂ ਸ਼ਗਨਾਂ ਦੇ ਫੜੇ ਨਾ ਵੇ ਲਾਗ ਸਾਥੋਂ ਲਾਗੀਆਂ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾ ਗਈਆਂ ਸ਼ਗਨਾਂ ਦੇ ਫੜੇ ਸਾਥੋਂ ਲਾਗੀਆਂ ਮੈਂ ਚੰਦਰੀ ਮਾਂ ਪਾਗਣ ਜੀ ਨੇ ਲਾਸ਼ ਤੇਰੀ ਨੂੰ ਦੇਖ ਲਿਆ ਸੀ ਇੱਕ ਦਿਨ ਤੇਰੀ ਸੇਕੀ ਲੋੜੀ ਤੇ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਸੀ ਇੱਕ ਦਿਨ ਤੇਰੀ ਕਹਿਣ ਨੂੰ ਤਾਂ ਗਾਂਧੀ ਦੇ ਚਿੱਤਾਂ ਨੂੰ ਠੰਡੇ ਹੋਏ 4 ਸਾਲ ਹੋ ਗਏ ਨੇ ਪਰ ਇਹਨਾਂ 4 ਸਾਲਾਂ 'ਚ ਮੈਂ ਹਰ ਰੋਜ਼ ਮੰਗਦਾ ਰਿਹਾ ਜਿੰਨਾ ਚਿਰ ਮੈਂ ਦੁਸ਼ਮਣ ਦੇ ਖੂਨ ਦਾ ਛਿੱਟਾ ਨਹੀਂ ਮਾਰ ਲੈਂਦਾ ਮੇਰੇ ਕਲੇਜੇ 'ਚ ਅੱਗ ਮੰਗਦੀ ਰਹਿਣੀ ਆ ਬਾਈ ਅੱਜ ਤੱਕ ਤੂੰ ਕਦੇ ਹਥਿਆਰ ਨਹੀਂ ਚੱਕਿਆ ਤੈਨੂੰ ਆਪਣੇ ਹੱਥ ਗੰਦੇ ਕਰਨ ਦੀ ਕੋਈ ਲੋੜ ਨਹੀਂ ਇੱਕ ਵਾਰੀ ਭਲਵਾਨ ਨੂੰ ਬਾਹਰ ਤਾਂ ਆਉਣ ਦੇ ਉਹਦੀ ਹੋਲੀ ਅਸੀਂ ਖੇਡਾਂਗੇ ਬੇਸ਼ੱਕ ਗਾਂਧੀ ਸਾਡੇ ਸਭ ਦਾ ਭਾਈ ਸੀ ਪਰ ਭਲਵਾਨ ਨੂੰ ਗੋਲੀ ਮੈਂ ਮਾਰੂੰਗਾ ਏਦਾਂ ਹੀ ਹੋ ਬਾਈ ਹੁਣ ਤੱਕ ਤਾਂ ਭਲਵਾਨ ਨੇ ਡਰਦੇ ਹੋਏ ਜਮਾਨਤ ਨਹੀਂ ਪਾਈ ਪਰ ਹੁਣ ਸੁਣਿਆ ਜਮਾਨਤ ਲਾ ਰਹੇ ਨੇ ਉਹਦੀ ਜਮਾਨਤ ਤਾਂ ਜ਼ਰੂਰ ਹੋਊਗੀ ਅਤੇ ਇਹ ਗੱਲ ਦੁਸ਼ਮਣ ਨੂੰ ਮਕਾਉਣ ਦੀ ਨਹੀਂ ਮੈਂ ਗਾਂਧੀ ਦੇ ਉਸ ਨਾਂ ਨੂੰ ਜਿਉਂਦਾ ਰੱਖਣਾ ਚਾਹੁੰਦਾ ਜਿਸ ਕਰਕੇ ਤੁਸੀਂ ਸਾਰੇ ਅਤੇ ਹੋਰ ਲੱਖਾਂ ਲੋਕ ਜੁੜੇ ਹੋਏ ਨੇ ਅਤੇ ਇਹ ਤਾਂ ਹੀ ਹੋ ਸਕਦਾ ਜੇ ਇਹਦਾ ਜਵਾਬ ਗਾਂਧੀ ਦਾ ਭਾਈ ਦੇ ਮੁਬਾਰਕਾਂ ਹੁਣ ਪਹਿਲਵਾਨ ਸਾਹਿਬ ਤੁਹਾਨੂੰ ਸਭ ਤੁਹਾਡੀ ਮਿਹਰਬਾਨੀ ਹੈ ਜੀ ਚੱਲ ਬੱਲਿਆ ਬੱਲਿਆ
8 गोलियां लगन दे बाद भी गांधी का कातल बच गया। अगे इस लड़ाई का की होना है इस बारे कुछ भी किया नहीं जा सकता, पर 23 साल की चढ़ती जवानी विच दुनिया नू अलविदा कहण वाले गांधी ने ना तो कदे कोई लुट खो कीती सी ते ना ही कदे पैसे दे बदले किसे दी जान दा सौदा कीता। तां ही रुपिंदर गांधी पंजाब दे कॉलेजां ते यूनिवर्सिटियां दे यूथ दे दिलां विच तड़कदा है। फैसला हुण तुसी करना है कि रुपिंदर गांधी कौन सी, तियां पैणा दे हक दे लई लड़न वाला एक भरा, गरीबां ते यारां दे बुरे वक्त विच खड़न वाला रॉबिनहुड, जां फिर गुंडा जां गैंगस्टर।